ਦੋ ਕੰਮ ਹੋ ਸਕਦੇ, ਜਾਂ ਤਾਂ ਤੁਸੀਂ ਆਪਣਾ ਖਾਣ ਪੀਣ ਦੀ ਰੂਟੀਨ ਸੁਧਾਰ ਲਓ ਤੇ ਜਾਂ ਫਿਰ ਲੋਕਾਂ ਡਾਕਟਰਾਂ ਦੇ ਘਰ ਸੁਧਾਰ ਲਓ, ਕਿਉਂਕਿ ਡਾਕਟਰਾਂ ਦੇ ਘਰ ਵਧੀਆ ਸੁਧਰ ਰਹੇ ਆ, ਕਿਉਂਕਿ ਡਾਕਟਰਾਂ ਦੇ ਘਰ ਪੈਸਾ ਜਾ ਰਿਹਾ ਤੁਹਾਡੇ ਨਹੀਂ, ਤਾਂ ਫਿਰ ਆਪਾਂ ਨੂੰ ਵੀ ਜਿਹੜਾ ਰਸੋਈ ਦਾ ਇਲਾਜ ਆ ਉਹਨੂੰ ਅਪਣਾਉਣਾ ਚਾਹੀਦਾ। ਤਾਂ ਆਪਾਂ ਸੋਚਦੇ ਕਿ ਯਾਰ ਡੀਜ਼ਲ ਗੱਡੀ ਹੈ ਚ ਪੈਟਰੋਲ ਨਾ ਪੈ ਜੇ, ਪੈਟਰੋਲ ਨਾ ਪੈ ਜੇ, ਤੇ ਕਦੇ ਆਪਾਂ ਸੋਚਿਆ ਕਿ ਬੋਡੀ ਆਈ ਆ ਸਾਡੀ, ਅਸੀਂ ਮੰਨ ਲਓ ਸਵੇਰੇ ਨਿਕਲੇ ਘਰੋਂ ਚਾਹ ਪੀਤੀ, ਚਾਹ ਤੋਂ ਬਾਅਦ ਜੇ ਆਪਾਂ ਨੂੰ ਘੰਟੇ ਬਾਅਦ ਲੱਸੀ ਮਿਲ ਗਈ ਸੀ ਉਹ ਵੀ ਛੱਡ ਲਈ, ਜੇ ਕੋਈ ਹੋਰ ਚੀਜ਼ ਮਿਲ ਗਈ ਕੋਕ ਆ ਗਿਆ ਤਾਂ ਭੱਜ ਸਿੱਧੀ ਬਰਗਰ ਸ਼ਰਗਰ ਜੋ ਆ ਗਿਆ ਜਾਣ ਅੰਦਰ। ਇਹ ਇੱਕ ਚੱਲਦਾ ਫਿਰਦਾ ਡਸਟਬੀਨ ਬਣਾਇਆ, ਹਾਂ ਡਸਟਬੀਨ ਹੈ। ਔਰ ਜਿਹੜੀ ਗੱਲ ਗਿਲ ਸਾਹਿਬ ਨੇ ਕਹੀ ਵੀ ਗੱਡੀ ਮਹਿੰਗੀ ਲੈ ਲਈਏ ਤਾਂ ਸਾਨੂੰ ਚਿੰਤਾ ਰਹਿੰਦੀ ਡੀਜ਼ਲ ਵਾਲੀ ਆ ਪੈਟਰੋਲ ਨਾ ਪੈ ਜੇ, ਜਿਹੜੀ ਕੁਦਰਤ ਨੇ ਉਹ ਗੱਡੀ ਦਿੱਤੀ ਜਿਹਦੀ ਰਿਪੇਅਰ ਜਿਹੜੀ ਆ ਨਹੀਂ ਹੋਈ ਦੁਬਾਰਾ, ਜੋ ਪਾਰਟਸ ਖਰਾਬ ਹੋ ਗਿਆ ਤੇ ਉਹਦੀ ਅਸੀਂ ਬਿਲਕੁਲ ਵੀ ਸੁਣਦੇ ਕੇਅਰ ਨਹੀਂ ਕਰਦੇ, ਨਹੀਂ ਕਰਦੇ। 85-90% ਲੋਕਾਂ ਨੂੰ ਕਬਜ਼ ਦੀ ਪ੍ਰੋਬਲਮ ਰਹਿੰਦੀ ਆ, ਉਹਦੇ ਵਾਸਤੇ ਅਸੀਂ ਇੱਕ ਸੰਜੀਵਨੀ ਬੂਟੀ ਤਿਆਰ ਕੀਤੀ ਜਿਹਦਾ ਨਾਮ ਹੀ ਕਬਜ਼ ਤੋੜ ਰੱਖਿਆ। ਅੱਛਾ ਇਹ ਕਬਜ਼ ਤੋੜ, ਠੀਕ ਹੈ। ਇਹ ਡੇਲੀ ਦੀ ਰੂਟੀਨ ਆ, ਹਰ ਬੰਦੇ ਦੀ ਰੂਟੀਨ ਆ, ਰੱਖਣੀ ਚਾਹੀਦੀ ਆ। ਤਕਰੀਬਨ ਰਾਤ ਨੂੰ ਪੈਣ ਲੱਗਿਆਂ ਜੀ, ਜਿਹੜੇ ਬੰਦੇ ਨੂੰ ਬਹੁਤ ਜ਼ਿਆਦਾ ਕਬਜ਼ ਰਹਿੰਦੀ ਆ ਉਹਨੂੰ ਅੱਧਾ ਕੁ ਚਮਚ ਦੇ ਦਿਓ। ਓਕੇ, ਦੋ ਕੰਮ ਕਰੂਗਾ ਇਹ 2-in-1। ਇੱਕ ਤਾਂ ਜਦੋਂ ਅੱਧਾ ਚਮਚ ਦਿੱਤਾ ਤੇ ਜਿਹੜੀ ਜਿੰਨੀ ਉਹਨੂੰ ਗੈਸ ਬਣੀ ਆ, ਜਿਵੇਂ ਆਪਾਂ ਕਹਿੰਦੇ ਨੇ ਬਦ ਹਾਜ਼ਮੀ ਹੋ ਗਈ, ਡਕਾਰ ਦੇ ਡਕਾਰ ਖਾਣਾ ਖਾਣ ਤੋਂ ਬਾਅਦ ਆਉਂਦੇ ਨੇ ਕਾਫੀ, ਬਿਲਕੁਲ ਬਿਲਕੁਲ, ਅੱਧਾ ਚਮਚ ਦੇ ਦਿਓ ਉਸੇ ਟਾਈਮ, ਖਾਧਾ ਪੀਤਾ ਤਾਂ ਬਿਲਕੁਲ ਨੀਚੇ ਚਲਾ ਜਾਊਗਾ, ਡਕਾਰ ਆ ਜਾਊਗਾ ਉਸੇ ਟਾਈਮ, ਡਾਈਜੈਸਟ ਕਰਦਾ, ਹੱਸਤੇ ਸਰੋਂ ਜਮਾਉਣ ਵਾਲੀ ਗੱਲ ਆ। ਤੇ ਸਵੇਰ ਨੂੰ ਜੌਬ ਤੇ ਜਾਣ ਤੋਂ ਪਹਿਲਾਂ ਪਹਿਲਾਂ ਪੇਟ ਉਹਦਾ ਫੁੱਲ ਵਰਗਾ ਹੋ ਜੂ, ਗਰੰਟੀ ਆ। ਮਤਲਬ ਕਿ ਪੇਟ ਸਾਫ ਹੋਗਾ ਤਾਂ ਸਮਝ ਲਓ ਸਭ ਬਿਲਕੁਲ ਠੀਕ ਹੈ। ਹਾਂ, ਜੇ ਇਕੱਲਾ ਬਦ ਹਾਜ਼ਮੀ ਆ, ਜਿਵੇਂ ਆਪਾਂ ਕਹਿੰਦੇ ਖੱਟੇ ਖੱਟੇ ਡਕਾਰ ਆ, ਫਿਰ ਉਹਨੂੰ ਅੱਧਾ ਚਮਚ ਲੈਣ ਦੀ ਲੋੜ ਨਹੀਂ, ਫਿਰ ਉਹਨੂੰ ਚੁਟਕੀ ਭਰ, ਓਕੇ ਚੁਟਕੀ ਭਰ ਲੈ ਲਓ, ਥੋੜਾ ਜਿਹਾ ਲੈ ਲਓ, ਤੇ ਜਿੱਥੇ ਮਰਜ਼ੀ ਆਫਿਸ ਬੈਠੇ ਭਲਾ ਤੁਸੀਂ, ਜਦੋਂ ਤੁਹਾਨੂੰ ਲੱਗਦਾ ਪਿਆ ਵੀ ਆਹ ਚੀਜ਼ ਮੱਚਦੀ ਪਈ ਆ, ਲੈ ਕੇ ਉੱਤੋਂ ਕੋਸਾ ਜਿਹਾ ਪਾਣੀ ਪੀਓ, ਨਾਲ ਹੀ ਡਕਾਰ ਆ ਜੂਗਾ। 85% ਤੋਂ ਜ਼ਿਆਦਾ ਲੇਡੀਜ਼ ਨੂੰ ਇੰਟਰਨਲ ਪ੍ਰੋਬਲਮ ਹੁੰਦੀ ਹੈ ਜੀ, ਸ਼ਰਮ ਦੀਆਂ ਮਾਰੀਆਂ ਜਾ ਕੇ ਡਾਕਟਰਾਂ ਨੂੰ ਦੱਸਦੀਆਂ, ਨਹੀਂ ਦੱਸਦੀਆਂ। ਹੌਲੀ ਹੌਲੀ ਕੀ ਹੁੰਦਾ, ਉਹ ਪ੍ਰੋਬਲਮ ਜਿਹੜੀ ਵੱਧਦੀ 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 ਬ੍ਰੈਸਟ ਦੇ ਵਿੱਚ ਗੰਢਾਂ ਵੱਜ ਜਾਂਦੀਆਂ ਤੇ ਬੱਚੇਦਾਨੀ ਦੇ ਵਿੱਚ ਰਸੋਲੀਆਂ ਬਣ ਜਾਂਦੀਆਂ। ਇੱਕ ਦਿਨ ਜਾ ਕੇ ਉਹ ਇੱਥੋਂ ਤੱਕ ਚਲੀ ਜਾਂਦੀ ਸਮੱਸਿਆ ਕਿ ਬ੍ਰੈਸਟ ਨੂੰ ਤਾਂ ਕੱਟਣਾ ਪੈਂਦਾ ਕਿਉਂਕਿ ਕੈਂਸਰ ਬਣ ਜਾਂਦਾ ਵਿੱਚ, ਤੇ ਯੂਟਰਸ ਨੂੰ ਬੱਚੇਦਾਨੀ ਨੂੰ ਰਿਮੂਵ ਕਰਨਾ ਪੈਂਦਾ। 85% ਤੋਂ ਵੱਧ ਇਹ ਆਪਣੀਆਂ ਭੈਣਾਂ ਨੂੰ, ਮਾਵਾਂ ਨੂੰ, ਬੱਚਿਆਂ ਨੂੰ ਪ੍ਰੋਬਲਮ ਆਉਂਦੀ ਆ। ਅੱਗੇ ਤਾਂ ਇਹ ਗੱਲ ਹੁੰਦੀ ਸੀ, ਮੰਨਣ ਦੇ ਵਿੱਚ ਆਉਂਦੀ ਸੀ, ਸੁਣਨ ਦੇ ਵਿੱਚ ਕਿ ਤਕਰੀਬਨ 40-45-50 ਸਾਲ ਤੋਂ ਬਾਅਦ ਹੀ ਆਉਂਦੀ ਲੇਡੀ ਨੂੰ ਬੱਚੇਦਾਨੀ ਦੇ ਵਿੱਚ ਰਸੌਲੀਆਂ ਵਗੈਰਾ ਬਣੀਆਂ। ਅੱਜ ਇਹ ਪ੍ਰੋਬਲਮ 18-27-28 ਸਾਲ ਦੀਆਂ ਬੱਚੀਆਂ ਨੂੰ ਵੀ ਹੋ ਰਹੀ। ਸੰਜੀਵਨੀ ਤੇ ਚੰਦਰ ਪ੍ਰਭਾ ਵੱਟੀ ਹੋਰ ਬਹੁਤ ਸਾਰੇ ਜੜੀਆਂ ਬੂਟੀਆਂ ਤੋਂ ਤਿਆਰ ਕੀਤੀ ਆ, ਜਿਹਦਾ ਨਾਂ ਜੀਨੈਕਸ ਵੂਮਨ ਸਿਕਿਓਰ ਲਿਖਿਆ ਸੀ ਵੀ ਇਹਦੇ ਨਾਲ ਔਰਤ 120% ਸਿਕਿਓਰ ਆ। ਔਰ ਪ੍ਰੈਕਟੀਕਲੀ ਗੱਲਾਂ ਕਰਾਂਗੇ ਅਸੀਂ ਤੁਹਾਡੇ ਨਾਲ, ਜਿਹੜੀਆਂ ਵੀ ਆਪਣੀਆਂ ਵਿਚਾਰਾਂ ਹੋਣਗੀਆਂ। ਬਹੁਤ ਸਾਰੇ ਜੇ ਆਪ ਨੈਟ ਤੇ ਸਰਚ ਮਾਰ ਕੇ ਦੇਖਿਆ ਜਾਵੇ, ਜੀਨੈਕਸ 94 ਆਪਣੀ ਕੰਪਨੀ ਦਾ ਨਾਮ ਆ, ਤਾਂ ਉਹ ਪੇਸ਼ੈਂਟ ਆਪਣੇ ਜਿਹੜੀਆਂ ਬੀਬੀਆਂ ਨੇ ਇਹਨੂੰ ਵਰਤਿਆ ਤੇ ਉਹਨਾਂ ਦੇ ਰਿਜ਼ਲਟ ਇੰਨੇ ਕੁ ਜ਼ਿਆਦਾ ਵਧੀਆ ਆਏ ਆ ਕਿ ਜਿਹਨਾਂ ਨੂੰ ਡਾਕਟਰਾਂ ਨੇ ਦੱਸਤਾ ਕਿ ਸਰ ਤੁਹਾਡੇ ਬੱਚੇਦਾਨੀ ਨੂੰ ਰਿਮੂਵ ਕੀਤਾ ਜਾਊਗਾ, ਹੋਰ ਕਿਸੇ ਦਾ ਕੋਈ ਹੱਲ ਨਹੀਂ, ਹੋਰ ਕੋਈ ਹੱਲ ਨਹੀਂ ਹੈਗਾ। ਤਾਂ ਉਹਨਾਂ ਦੀਆਂ ਸਾਨੂੰ ਕਾਲਾਂ ਆਈਆਂ ਕਿ ਸਾਡੀ ਸਾਨੂੰ ਬੱਚੇਦਾਨੀ ਰਿਮੂਵ ਨਹੀਂ ਕਰਨੀ ਪਈ ਔਰ ਸਾਡੀਆਂ ਜਿਹੜੀਆਂ ਰਸੋਲੀਆਂ ਸੀ ਉਹ ਵੀ ਰਿਮੂਵ ਹੋ ਗਈਆਂ ਤੇ ਅਸੀਂ ਬਿਲਕੁਲ ਫਿੱਟ ਆ। ਸਰ, ਮੇਰਾ ਨਾਮ ਹਰਪ੍ਰੀਤ ਕੌਰ, ਮੈਂ ਜਲੰਧਰ ਤੋਂ ਬਿਲੋਂਗ ਕਰਦੀ ਹਾਂ ਤੇ ਸਰ ਮੈਨੂੰ ਬਹੁਤ ਸਾਰੀਆਂ ਪ੍ਰੋਬਲਮਾਂ ਸੀਗੀਆਂ ਤੇ ਮੈਂ ਕਾਫੀ ਮੈਡੀਸਨ ਜਿੱਦਾਂ ਡਾਕਟਰ ਕੋਲ ਜਾ ਕੇ ਲੈ ਚੁੱਕੀ ਸੀ ਪਰ ਮੇਰੀ ਪ੍ਰੋਬਲਮ ਦਾ ਹੱਲ ਨਹੀਂ ਹੋ ਰਿਹਾ ਸੀ, ਇਸ ਕਰਕੇ ਮੈਂ ਇਹਨਾਂ ਨੂੰ ਲਿਆ ਤੇ ਇਹ ਜੋ ਨੇ ਜੀਨੈਕਸ 94 ਔਰ ਕਬਜ਼ ਤੋੜ ਤੇ ਇਹ ਮੈਂ ਲਏ ਤੇ ਅੱਜ ਜੋ ਉਹ ਜੋ ਮੈਨੂੰ ਇੰਨੀਆਂ ਭੈੜੀਆਂ ਬਿਮਾਰੀਆਂ ਲੱਗੀਆਂ ਸੀ ਉਹਨਾਂ ਬਿਮਾਰੀਆਂ ਤੋਂ ਮੈਂ ਰਾਹਤ ਹਾਂ। ਮੈਨੂੰ ਡਾਕਟਰਾਂ ਨੇ
ਨੇ ਆਪਰੇਸ਼ਨ ਬਾਰੇ ਦੱਸਿਆ ਸੀ ਤੇ ਮੈਂ ਬਹੁਤ ਡਰ ਚੁੱਕੀ ਸੀ ਕਿ ਤੁਹਾਨੂੰ ਬਹੁਤ ਖਤਰਨਾਕ ਮੈਂ ਜਾਣ ਸਕਦੇ ਹਾਂ ਕੀ ਪ੍ਰੋਬਲਮ ਸੀ ਤੁਹਾਨੂੰ ਸਰ ਜਿੱਦਾਂ ਕਿ ਮੇਰੇ ਅੰਦਰ ਯੂਟਰਸ ਦੇ ਵਿੱਚ ਸੋਲੀਆਂ ਸੀ ਬਾਹਰ ਔਰ ਅੰਦਰ ਗੁੱਛੇ ਬਣੇ ਹੋਏ ਸੀਗੇ ਔਰ ਮੈਨੂੰ ਥਾਇਰਾਇਡ ਵਗੈਰਾ ਸੀਗਾ ਮੇਰੀ ਸੂਜਨ ਸੀ ਤੇ ਦਿਮਾਗ ਮੇਰਾ ਕੰਮ ਨਹੀਂ ਕਰਦਾ ਸੀਗਾ ਤੇ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਸੀ ਜਿਹਨਾਂ ਤੋਂ ਮੇਰੇ ਅੰਦਰ ਦੀਆਂ ਪ੍ਰੋਬਲਮਾਂ ਸੀਗੀਆਂ ਲੇਡੀਜ਼ ਦੀਆਂ ਪ੍ਰੋਬਲਮਾਂ ਉਹ ਮੇਰੀਆਂ ਸੋਲਵ ਹੋਈਆਂ ਤੇ ਅੱਜ ਮੈਂ ਬਹੁਤ ਬਹੁਤ ਇਸ ਕੰਪਨੀ ਦਾ ਧੰਨਵਾਦ ਕਰਦੀ ਹਾਂ ਕਿ ਜਿਹਨਾਂ ਨੇ ਇੰਨਾ ਵਧੀਆ ਜੀ ਨੈਟ 94 ਨੇ ਸੰਜੀਵਨੀ ਬੂਟੀ ਬਣਾਈ ਤਿਆਰ ਕੀਤੀ ਤੇ ਅੱਜ ਮੈਂ ਇਹਨਾਂ ਬਿਮਾਰੀਆਂ ਤੋਂ ਰਾਹਤ ਪਾ ਚੁੱਕੀ ਹਾਂ ਤੇ ਮੈਂ ਹੋਰ ਵੀ ਸਾਰੇ ਵੀਰ ਭੈਣਾਂ ਭਰਾਵਾਂ ਨੂੰ ਜੋ ਅੱਜ ਇਸ ਵੀਡੀਓ ਨੂੰ ਸੁਣ ਰਹੇ ਆ ਉਹਨਾਂ ਨੂੰ ਮੈਂ ਇਹੀ ਕਹਾਂਗੀ ਹੱਥ ਵੰਨ ਕੇ ਕਿ ਤੁਸੀਂ ਇਸ ਸੰਜੀਵਨੀ ਬੂਟੀ ਨੂੰ ਲਓ ਚੂਸ ਕਰੋ ਤੇ ਬਿਮਾਰੀਆਂ ਤੋਂ ਛੁਟਕਾਰਾ ਪਾਓ ਤੇ ਬਹੁਤ ਹੀ ਵਧੀਆ ਹੈ ਇਹ ਮਤਲਬ ਕਿ ਕੋਈ ਦੋ ਰਾਏ ਨਹੀਂ ਹੈ ਕਿ ਇਹ ਵਧੀਆ ਨਹੀਂ ਹੈ ਬਹੁਤ ਹੀ ਅੱਛੀ ਹੈ ਮੈਂ ਹਾਂਜੀ ਤੇ ਜੋ ਮੇਰਾ ਵੇਟ ਸੀ ਮੇਰਾ ਵੇਟ ਵੀ ਕਾਫੀ ਲੂਸ ਹੋ ਗਿਆ ਕਿ ਮੇਰੇ ਜੋ ਕੱਪੜੇ ਮੇਰੇ ਆਉਂਦੇ ਨਹੀਂ ਪਏ ਸੀ ਅੱਜ ਮੈਂ ਪਾ ਕੇ ਖੜੀ ਹਾਂ ਤੁਹਾਡੇ ਸਾਹਮਣੇ ਬਿਲਕੁਲ ਇਹ ਸੱਚ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਦੋਸਤੋ ਤੁਸੀਂ ਦੇਖ ਰਹੇ ਹੋ ਨਿਊਜ਼ ਪੰਜਾਬ ਦੇ ਚੈਨਲ ਮੈਂ ਹਾਂ ਜਗਰਾਜ ਸਿੰਘ ਗਿੱਲ ਹਰੇਕ ਪ੍ਰੋਗਰਾਮ ਦੀ ਤਰ੍ਹਾਂ ਅੱਜ ਵੀ ਤੁਹਾਡੇ ਮੂਹਰੇ ਇੱਕ ਪ੍ਰੋਗਰਾਮ ਲੈ ਕੇ ਆਏ ਹਾਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਗੱਲਾਂ ਕਰਾਂਗੇ ਆਪਾਂ ਸੋ ਇਹ ਵੀਡੀਓ ਕੋਈ ਅੰਗਰੇਜ਼ੀ ਦਵਾਈ ਦੀ ਮੈਂ ਗੱਲ ਨਹੀਂ ਕਰਾਂਗਾ ਇਹਦੇ ਵਿੱਚ ਆਪਣੇ ਪੁਰਾਤਨ ਸਮੇਂ ਤੋਂ ਜੋ ਚੱਲਦਾ ਆ ਰਿਹਾ ਆਯੁਰਵੈਦਿਕ ਦੇ ਤਰੀਕੇ ਦੇ ਨਾਲ ਕਿਸ ਤਰ੍ਹਾਂ ਆਪਣੇ ਪੁਰਾਣੇ ਬਜ਼ੁਰਗ ਜਿਹੜੇ ਆਪਣੇ ਘਰਾਂ ਦੇ ਵਿੱਚ ਜੇਕਰ ਬੁਖਾਰ ਚੜ੍ਹ ਜਾਂਦਾ ਸੀ ਤਾਂ ਆਪਣੇ ਬਜ਼ੁਰਗ ਜਿਹੜੇ ਆਪਾਂ ਨੂੰ ਘਰਾਂ ਦੇ ਵਿੱਚ ਹੀ ਇਲਾਜ ਉਹਦਾ ਦੱਸ ਦਿੰਦੇ ਸੀ ਅਤੇ ਆਪਾਂ ਆਪਦੀ ਰਸੋਈ 'ਚ ਉਸਦਾ ਇਲਾਜ ਕਰ ਲੈਂਦੇ ਸੀ ਸੋ ਇਸੇ ਸੰਬੰਧ ਦੇ ਨਾਲ ਜੁੜੀ ਹੋਈ ਅੱਜ ਦੀ ਇਹ ਵੀਡੀਓ ਆ ਸੋ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਬਹੁਤ ਹੀ ਸੀਨੀਅਰ ਆਪਾਂ ਵੈਦ ਵੀ ਕਹਿ ਸਕਦੇ ਹਾਂ ਡਾਕਟਰ ਵੀ ਕਹਿ ਸਕਦੇ ਹਾਂ ਔਰ ਆਪਣੀ ਸਭ ਤੋਂ ਵੱਡੀ ਜਿਹੜੀ ਖੁਸ਼ੀ ਦੀ ਗੱਲ ਇਹ ਹੈ ਕਿ ਪੰਜਾਬ ਦੀ ਧਰਤੀ ਤੋਂ ਉੱਠ ਕੇ ਇੱਕ ਬਾਹਰਲੀ ਸਟੇਟ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਕਾਰੋਬਾਰ ਸਟਾਰਟ ਕਰਨਾ ਜਿਸ ਤਰ੍ਹਾਂ ਕਿ ਕਾਨਪੁਰ ਦੇ ਵਿੱਚ ਇਹਨਾਂ ਭਾਈ ਸਾਹਿਬ ਹੁਣਾਂ ਦਾ ਕਾਰੋਬਾਰ ਸਟਾਰਟ ਹੈਗਾ ਉੱਥੇ ਹੀ ਇਹਨਾਂ ਦਾ ਜਿਹੜਾ ਮੈਨੂਫੈਕਚਰਿੰਗ ਹੋ ਰਹੀ ਹੈ ਸਾਰੀ ਜਿਹੜੀ ਮੈਡੀਸਨ ਦੀ ਸੋ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਸੋਚਿਆ ਕਿ ਮੈਂ ਪੰਜਾਬ ਦਾ ਜੰਮਪਲ ਹਾਂ ਕਿ ਉੱਥੇ ਜਾ ਕੇ ਕਾਰੋਬਾਰ ਨੂੰ ਆਪਣੇ ਜਿਹੜੇ ਪੰਜਾਬੀਆਂ ਨੂੰ ਆਪਣੇ ਜਿਹੜੇ ਇਲਾਕਾ ਨਿਵਾਸੀ ਆ ਆਪਣੇ ਏਰੀਏ ਦੇ ਜਿਹੜੇ ਲੋਕ ਆ ਉਹਨਾਂ ਨੂੰ ਵੀ ਆਯੁਰਵੈਦਿਕ ਤਰੀਕੇ ਦੇ ਨਾਲ ਮੈਂ ਇਹਨਾਂ ਬਿਮਾਰੀਆਂ ਤੋਂ ਬਾਹਰ ਕੱਢਾਂ ਸੋ ਵਧੀਆ ਉਪਰਾਲਾ ਸੋ ਸਭ ਤੋਂ ਪਹਿਲਾਂ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਆਪਾਂ ਸਵਾਗਤ ਕਰ ਲੈਂਦੇ ਹਾਂ ਭਾਈ ਸੁਖਦੇਵ ਸਿੰਘ ਜੀ ਦਾ ਸੁਖਦੇਵ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ 'ਤੇ ਧੰਨਵਾਦ ਜੀ ਔਰ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਵਸਦੇ ਪੰਜਾਬੀ ਅਤੇ ਪੰਜਾਬ ਤੋਂ ਬਾਹਰ ਸਾਰੇ ਹੀ ਸਮੂਹਿਕ ਦੋਸਤਾਂ ਮਿੱਤਰਾਂ ਅਤੇ ਭੈਣਾਂ ਭਰਾਵਾਂ ਨੂੰ ਵੀ ਫਤਿਹ ਬੁਲਾਈ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜਿਸ ਤਰ੍ਹਾਂ ਭਾਈ ਸੁਖਦੇਵ ਸਿੰਘ ਜੀ ਆਪਾਂ ਗੱਲਬਾਤ ਕਰ ਹੀ ਲਈ ਹੈ ਕਿ ਦਰਸ਼ਕਾਂ ਨੂੰ ਵੀ ਪਤਾ ਲੱਗ ਗਿਆ ਅੱਜ ਦੀ ਵੀਡੀਓ ਜਿਹੜੀ ਹੈ ਕਿਹੜੇ ਟੌਪਿਕ ਤੋਂ ਹੋਣ ਵਾਲੀ ਹੈ ਜੀ ਜੀ ਆਪਾਂ ਅੱਜ ਲੋਕਾਂ ਦੀ ਸਿਹਤ ਨਾਲ ਜੁੜੀਆਂ ਹੋਈਆਂ ਜਿਹੜੀਆਂ ਗੱਲਾਂ ਬਾਤਾਂ ਕਰਾਂਗੇ ਕਿ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਅੱਜ ਕੱਲ੍ਹ ਲੋਕ ਜੂਝ ਰਹੇ ਆ ਅੱਜ ਕੱਲ੍ਹ ਮੈਨੂੰ ਲੱਗਦਾ ਵੀ ਹਰੇਕ ਘਰ ਦੇ ਵਿੱਚ ਗੋਲੀ ਪਈ ਹੈ ਬਿਲਕੁਲ ਚਾਹੇ ਉਹ ਬਲੱਡ ਪ੍ਰੈਸ਼ਰ ਦੀ ਆ ਸ਼ੂਗਰ ਦੀ ਆ ਕਿਸੇ ਵੀ ਬਿਮਾਰੀ ਦੀ ਲਾ ਲਓ ਜੀ ਜੀ ਤੁਸੀਂ ਆਯੁਰਵੈਦਿਕ ਤਰੀਕੇ ਦੇ ਨਾਲ ਜਿਹੜਾ ਇਲਾਜ ਕਰਦੇ ਹੋ ਤੁਹਾਡੇ ਕੋਲ ਇੱਕ ਆਯੁਰਵੈਦਿਕ ਤਰੀਕੇ ਦਾ ਵਧੀਆ ਜਿਹੜੇ ਕਹਿ ਸਕਦੇ ਕਿ ਗ੍ਰੰਥਾਂ ਦੇ ਵਿੱਚੋਂ ਕੱਢੇ ਹੋਏ ਨੁਕਤੇ ਹੈਗੇ ਆ ਜਿਨ੍ਹਾਂ ਨਾਲ ਲੋਕਾਂ ਨੂੰ ਤੁਸੀਂ ਠੀਕ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਬਿਲਕੁਲ ਗੱਲ ਸਾਹਿਬ ਤੁਸੀਂ ਬਿਲਕੁਲ ਸਹੀ ਆਖਿਆ ਕਿ ਘਰਾਂ ਦੇ ਵਿੱਚ ਮੈਡੀਕਲ ਬਣੇ ਹੋਏ ਆ ਬਿਲਕੁਲ ਦਵਾਈਆਂ ਦਾ ਡੱਬਾ ਲੱਗਿਆ ਹੋਇਆ ਹੈ ਜੀ ਹੋਰ ਕੋਈ ਡੱਬਾ ਮਿਲੇ ਨਾ ਮਿਲੇ ਤੁਹਾਨੂੰ ਦਵਾਈਆਂ ਡੱਬਾ ਜ਼ਰੂਰ ਮਿਲੂ ਬਿਲਕੁਲ ਮਿਲਦਾ ਪਰ ਘਰ ਦੇ ਵਿੱਚ 3 ਤੋਂ 4 ਲੋਕ ਇਹੋ ਜਿਹੇ ਆ ਜਿਹੜੇ ਰੈਗੂਲਰ ਦਵਾਈ ਲੈਂਦੇ ਔਰ ਇਹ ਵੀ ਗੱਲ ਕਲੀਅਰ ਆ ਕਿ ਜਦੋਂ ਕਿਸੇ ਕੋਈ ਵੀ ਮੈਡੀਕਲ
ਮੈਡੀਸਨ ਜਿਹੜਾ ਬੰਦਾ ਲੈਂਦਾ ਕਿਸੇ ਵੀ ਬਿਮਾਰੀ ਦੀ, ਤਾਂ ਡਾਕਟਰ ਨੇ ਉਹਨੂੰ ਪਰਮਾਨੈਂਟ ਗੋਲੀ ਲਾਈ ਹੁੰਦੀ ਆ ਕਿ ਭਾਈ ਸਾਹਿਬ ਚਾਹੇ ਸ਼ੂਗਰ ਦਾ ਮਰੀਜ਼ ਆ ਚਾਹੇ ਬੀਪੀ ਵਾਲਾ, ਤਾਂ ਉਹਨੂੰ ਇੱਕੋ ਹੀ ਗੱਲ ਕਹੀ ਜਾਂਦੀ ਭਾਈ ਜਿੰਨਾ ਟਾਈਮ ਜਿਉਣਾ ਇਹ ਗੋਲੀ ਤੈਨੂੰ ਖਾਣੀ ਪਊਣੀ ਪੈਣੀ ਤੇ ਗੋਲੀ ਦਾ ਨਾਗਾ ਨਾ ਪਾਈ। ਇੱਥੋਂ ਇਹ ਵੀ ਗੱਲ ਕਲੀਅਰ ਆਉਂਦੀ ਆ ਕਿ ਮੈਡੀਕਲ ਲਾਈਨ ਦੇ ਵਿੱਚ ਕਿਸੇ ਵੀ ਬਿਮਾਰੀ ਦਾ ਕੋਈ ਪਰਮਾਨੈਂਟ ਇਲਾਜ ਨਹੀਂ ਆ, ਇੱਕ ਰੋਕ ਲੱਗ ਸਕਦੀ ਹੈ। ਤੁਸੀਂ ਜਾਣਦੇ ਆ ਕਿ ਆਯੁਰਵੇਦਾ ਪੂਰੇ ਵਿਸ਼ਵ ਦਾ ਗੁਰੂ ਮੰਨਿਆ ਗਿਆ ਭਾਰਤ ਨੂੰ ਆਯੁਰਵੇਦਾ ਕਰਕੇ, ਕਿਉਂਕਿ ਆਯੁਰਵੇਦਾ ਦਾ ਜੋ ਜਨਮ ਆ ਉਹ ਭਾਰਤ ਦੇ ਵਿੱਚ ਹੋਇਆ, ਤੇ ਅਸੀਂ ਪਿਛਲੇ ਕਾਫੀ ਸਾਲਾਂ ਤੋਂ ਇਹਨੂੰ ਸਟੱਡੀ ਕਰ ਰਹੇ ਹਾਂ, ਪੜ੍ਹ ਰਹੇ ਹਾਂ ਇਹਨੂੰ ਚੰਗੀ ਤਰ੍ਹਾਂ, ਇਹਨੂੰ ਇਹਦੀ ਪੂਰੀ ਖੋਜ ਕਰ ਰਹੇ ਹਾਂ, ਕਿਉਂਕਿ ਜਿੰਨਾ ਕੁ ਅਸੀਂ ਸਟੱਡੀ ਕੀਤਾ ਸੀ ਕਿ ਦੇਖਿਆ ਕਿ ਮੈਡੀਕਲ ਇਹ ਆਯੁਰਵੇਦਾ ਆਪਣਾ, ਲੇਕਿਨ ਇਹ ਪੇਟਡ ਬਾਹਰਲੇ ਲੋਕਾਂ ਦਾ ਕਰਵਾਇਆ ਹੋਇਆ ਜੀ। ਜਿਵੇਂ ਬਹੁਤ ਸਾਰੀਆਂ ਔਰਗੈਨਿਕ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਪੈਦਾ ਇਸ ਧਰਤੀ ਤੇ ਹੁੰਦੀਆਂ, ਲੇਕਿਨ ਪੇਟਡ ਉਹ ਅਮੈਰੀਕਾ ਆਸਟ੍ਰੇਲੀਆ ਕੈਨੇਡਾ ਤੋਂ ਹੋ ਕੇ ਸਾਡੇ ਵੱਲ ਨੂੰ ਘੁੰਮ ਕੇ ਆਉਂਦੀਆਂ, ਤਾਂ ਇਹ ਚੀਜ਼ ਸੋਚੀ ਵੀ ਸਾਡੀ ਧਰਤੀ ਤੇ ਪੈਦਾ ਹੋਈ ਚੀਜ਼ ਅੰਗਰੇਜ਼ ਲੋਕ ਉਹਨਾਂ ਗ੍ਰੰਥਾਂ ਨੂੰ ਪੜ੍ਹ ਕੇ ਫਾਇਦਾ ਉਠਾ ਰਹੇ ਆ, ਤੇ ਅਸੀਂ ਉਹਨਾਂ ਦੀਆਂ ਬਣੀਆਂ ਹੋਈਆਂ ਅੰਗਰੇਜ਼ੀ ਦਵਾਈਆਂ ਖਾ ਕੇ ਬਿਮਾਰ ਹੋ ਰਹੇ ਆ। ਸਾਡੇ ਦੇਸ਼ ਜੋ ਚੀਜ਼ ਲਿਜਾ ਕੇ ਉੱਥੋਂ ਬ੍ਰਾਂਡ ਆਪਦਾ ਬਣਾ ਕੇ ਸਾਡੇ 'ਚ ਵੇਚੀ ਜਾਂਦੇ ਨੇ। ਬਿਲਕੁਲ ਬਿਲਕੁਲ, ਉਹ ਜ਼ਿਆਦਾਤਰ ਉਹ ਲੋਕ ਉਹ ਆਯੁਰਵੈਦਿਕ ਚੀਜ਼ਾਂ ਜ਼ਿਆਦਾ ਇਸਤੇਮਾਲ ਕਰਦੇ, ਤੇ ਅਸੀਂ ਉਹਨਾਂ ਦੀਆਂ ਬਣਾਈਆਂ ਅੰਗਰੇਜ਼ੀ ਚੀਜ਼ਾਂ ਨੂੰ ਜ਼ਿਆਦਾ ਪਹਿਲ ਦਿੰਦੇ ਇਸ ਕਰਕੇ ਅਸੀਂ ਬਿਮਾਰ ਜ਼ਿਆਦਾ ਹੋ ਰਹੇ ਹਾਂ। ਸੋ ਜਿਵੇਂ ਤੁਸੀਂ ਕਿਹਾ ਸੀ ਵੀ ਆਯੁਰਵੇਦਾ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ, ਆਯੁਰਵੇਦਾ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਦਾ ਜੀ, ਤੇ ਮੈਡੀਕਲ ਕੋਈ ਵੀ ਜਦੋਂ ਮੈਡੀਸਨ ਲਈ ਜਾਂਦੀ ਆ ਤਾਂ ਇਹ ਇੱਕ ਰੋਕ ਲੱਗ ਜਾਂਦੀ ਆ। ਤਾਂ ਹੀ ਕਿਹਾ ਜਾਂਦਾ ਕਿ ਭਾਈ ਟਾਈਮ ਟੂ ਟਾਈਮ ਇਹਦੀ ਡੋਜ਼ ਲੈਂਦੇ ਰਹੋ, ਕਿਉਂਕਿ ਉਹਦਾ 7 ਤੋਂ 8 ਘੰਟੇ ਅਸਰ ਰਹਿੰਦਾ, ਅਸਰ ਖਤਮ ਦੂਜੀ ਡੋਜ਼ ਫਿਰ ਲਈ ਜਾਂਦੀ ਆ। ਬਿਲਕੁਲ ਜੀ, ਹੁਣ ਜਿਵੇਂ ਸ਼ੂਗਰ ਵਾਲਾ ਪੇਸ਼ੈਂਟ ਆ ਤੇ ਜਦੋਂ ਪਤਾ ਲੱਗ ਜੇ ਵੀ ਸ਼ੂਗਰ ਆ ਤਾਂ ਫਿਰ ਇੱਕ ਗੱਲ ਤਾਂ ਉਹਦੇ ਮਾਇੰਡ ਦੇ ਵਿੱਚ ਡਾਕਟਰ ਪੱਕੀ ਬਿਠਾ ਦਿੰਦੇ ਵੀ ਹੁਣ ਜਿੰਨਾ ਚੱਕ ਮਿੱਤਰਾ ਜਾਉਣਾ ਗੋਲੀ ਪੱਕੀ ਜਿਉਂਦਾ ਰਹਿਣ ਦੇ ਲਈ ਗੋਲੀ ਜਿਹੜੀ ਰੈਗੂਲਰ ਲਈ ਚੱਲ। ਇੱਥੇ ਗੱਲ ਖਤਮ ਨਹੀਂ ਗਈ, ਜਿਹੜੀ ਉਹ ਡੋਜ਼ ਉਹਨੂੰ ਦਿੱਤੀ ਆ, ਸ਼ੁਰੂਆਤ ਕੀਤੀ ਆ, ਡੋਜ਼ ਦੀ ਮਾਤਰਾ ਧੀਰੇ 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 ਵੱਧਦੀ ਰਹਿੰਦੀ ਆ, ਤੇ ਇੱਕ ਦਿਨ ਉਹ ਧੁੰਨੀ ਦੇ ਵਿੱਚ ਟੀਕੇ ਲੱਗਣੇ ਸ਼ੁਰੂ ਹੋ ਜਾਂਦੇ ਆ। ਰਾਈਟ, ਇਹ ਗੱਲ ਤੁਹਾਨੂੰ ਹੋਰ ਦੱਸਣ ਲੱਗਾ, ਇਹ ਹੈਰਾਨ ਕਰਨ ਦੇਣ ਵਾਲੀ ਗੱਲ ਆ, 100 ਦੇ ਵਿੱਚੋਂ 90% ਲੋਕ ਜਿਹੜੇ ਸ਼ੂਗਰ ਦੀਆਂ ਗੋਲੀਆਂ ਖਾਂਦੇ ਆ ਉਹਨਾਂ ਨੂੰ ਸ਼ੂਗਰ ਹੁੰਦੀ ਨਹੀਂ ਜੀ। ਇਹ ਕਿਵੇਂ ਹੋ ਸਕਦਾ ਕਿ ਡਾਕਟਰ ਜਿਹੜੇ ਟੈਸਟ ਕਰਦੇ ਨੇ ਕਿਵੇਂ? ਜਿਹੜੇ ਰੈਗੂਲਰ ਟੈਸਟ ਹੁੰਦੇ ਆ, ਰੈਗੂਲਰ ਸ਼ੂਗਰ ਦੇ ਟੈਸਟ ਹੁੰਦੇ ਆ, ਉਹ ਗਲੂਕੋਜ਼ ਚੈੱਕ ਕੀਤੀ ਜਾਂਦੀ ਆ। ਓਕੇ, ਤੇ ਗਲੂਕੋਜ਼ ਜਦੋਂ ਆਪਾਂ ਕੋਈ ਚੀਜ਼ ਖਾਵਾਂਗੇ ਤੇ ਗਲੂਕੋਜ਼ ਦੀ ਮਾਤਰਾ ਜਿਹੜੀ ਉਹ ਤਾਂ ਵਧਣੀ ਵਧਣੀ ਆ। ਜਿਹੜੇ ਲੋਕ ਜ਼ਿਆਦਾ ਕੰਮ ਕਰਦੇ ਆ ਉਹਨਾਂ ਦੇ ਵਿੱਚ ਮਾਤਰਾ ਥੋੜੀ ਜਿਹੀ ਘੱਟ ਰਹਿ ਜਾਂਦੀ, ਜਿਹੜੇ ਲੋਕ ਕੰਮ ਘੱਟ ਕਰਦੇ ਉਹਨਾਂ 'ਚ ਮਾਤਰਾ ਥੋੜੀ ਜਿਹੀ ਜ਼ਿਆਦਾ ਹੁੰਦੀ ਆ। ਤਾਂ ਡਾਕਟਰ ਜੋ ਚੈੱਕ ਕਰਦੇ ਗਲੂਕੋਜ਼ ਚੈੱਕ ਕਰਦੇ ਆ, ਤਾਂ ਜੇ ਕਿਸੇ ਬੰਦੇ ਨੇ ਪਤਾ ਕਰਨਾ ਵੀ ਮੈਨੂੰ ਸ਼ੂਗਰ ਹੈਗੀ ਕਿ ਨਹੀਂ ਹੈਗੀ, ਉਹ ਫਾਸਟਿੰਗ ਪੀਪੀ ਟੈਸਟ ਕਰਵਾਵੇ ਜੀ, ਉਹਦੇ ਵਿੱਚ ਪਤਾ ਲੱਗ ਜਾਣਾ ਵੀ ਇਨਸੂਲਿਨ ਦੀ ਮੈਨੂੰ ਕਮੀ ਹੈ ਕਿ ਨਹੀਂ ਹੈ, ਮੈਨੂੰ ਪ੍ਰੋਬਲਮ ਹੈਗੀ ਸ਼ੂਗਰ ਦੀ ਕਿ ਨਹੀਂ ਹੈਗੀ, ਇਹ ਟੈਸਟ ਉਹਨੂੰ ਕਰਵਾਉਣਾ ਚਾਹੀਦਾ। ਡਾਕਟਰ ਇਹ ਵਾਲੇ ਟੈਸਟ ਨਹੀਂ ਕਰਾਉਂਦੇ, ਬਲਕਿ ਸਹੀ ਜਿਹੜਾ ਸ਼ੂਗਰ ਤੋਂ ਪਤਾ ਉੱਥੋਂ ਲੱਗਦਾ ਵੀ ਸਾਨੂੰ ਹੈ ਕਿ ਨਹੀਂ ਹੈ। ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਜਿਵੇਂ ਆਪਾਂ ਪੈਨ ਦੇ ਨਾਲ ਟੈਸਟ ਕਰ ਲੈਂਦੇ ਹਾਂ ਉਹੀ ਸਵੇਰ ਵਾਲਾ ਟੈਸਟ ਜੋ ਕਰਦੇ ਆ, ਰੈਗੂਲਰ ਟੈਸਟ ਉਹਦੇ ਵਿੱਚ ਗਲੂਕੋਜ਼ ਚੈੱਕ ਕੀਤੀ ਜਾਂਦੀ ਆ। ਜਦੋਂ ਦੇਖੋ ਰੈਗੂਲਰ ਖਾਣਾ ਖਾਣਾ ਤੇ ਉਹਦੇ ਨਾਲ ਗਲੂਕੋਜ਼ ਤਾਂ ਵਧੂਗੀ ਵਧੂਗੀ, ਆਟੇ 'ਚ ਵੀ ਸ਼ੂਗਰ, ਰੋਟੀ 'ਚ ਵੀ ਸ਼ੂਗਰ, ਹਰ ਚੀਜ਼ ਦੇ ਵਿੱਚ ਸ਼ੂਗਰ। ਹਾਂਜੀ ਜੀ ਹਾਂਜੀ, ਫਾਸਟਿੰਗ ਪੀਪੀ ਦਾ ਟੈਸਟ ਕਰਵਾਇਆ ਜਾਵੇ ਉਹਦੇ ਵਿੱਚ ਇਨਸੂਲਿਨ ਦਾ ਪਤਾ ਲੱਗੂਗਾ ਵੀ ਘਟੀ ਕਿ ਨਹੀਂ ਘਟੀ। ਹੁਣ ਹੁੰਦਾ ਕੀ ਹੈ, ਜਦੋਂ ਸ਼ੂਗਰ ਦੀ ਸ਼ੂਗਰ ਬਾਰੇ ਦੱਸਿਆ ਜਾਂਦਾ ਤੇ ਬੰਦੇ ਨੂੰ ਇਨਸੂਲਿਨ ਦਿੱਤੀ ਜਾਂਦੀ ਆ, ਕਈ ਵਾਰੀ ਇਨਸੂਲਿਨ ਵੈਸੇ ਹੀ ਬੰਦੇ ਦੇ ਸਰੀਰ 'ਚ ਬਹੁਤ ਹੁੰਦੀ ਆ, ਬਾਹਰੋਂ ਇਨਸੂਲਿਨ ਦੇਣ ਦੇ ਨਾਲ ਪ੍ਰੋਬਲਮ ਹੁੰਦੀ ਨਹੀਂ, ਫਿਰ ਪ੍ਰੋਬਲਮ ਬਣ ਜਾਂਦੀ ਬਣ ਜਾਂਦੀ ਆ।
ਫਿਰ ਤੁਸੀਂ ਦੇਖਿਆ ਵੀ ਸ਼ੂਗਰ ਵਾਲੇ ਪੇਸ਼ੈਂਟ ਨੂੰ ਕਾਲਾ ਪੀਲੀਆ ਹੋ ਜਾਂਦਾ, ਗੈਂਗਰੀਨ ਹੁੰਦੀ ਆ, ਅੱਖਾਂ ਬਹੁਤ ਛੇਤੀ ਚਲੀਆਂ ਜਾਂਦੀਆਂ, ਕਿਡਨੀਆਂ ਬਹੁਤ ਛੇਤੀ ਖਰਾਬ ਹੋ ਜਾਂਦੀਆਂ। ਉਹਦਾ ਕਾਰਨ ਇਹੀ ਆ ਕਿ ਜਿਹੜੀ ਚੀਜ਼ ਦੇ ਅੰਦਰ ਕਮੀ ਨਹੀਂ ਹੈਗੀ ਉਹ ਚੀਜ਼ ਉੱਤੋਂ ਦਿੱਤੀ ਜਾ ਰਹੀ ਆ, ਤਾਂ ਫਿਰ ਪ੍ਰੋਬਲਮ ਆਉਂਦੀ ਆ। ਪ੍ਰੋਬਲਮ ਆਉਂਦੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪ੍ਰੋਬਲਮਾਂ ਕਾਫੀ ਆਉਂਦੀਆਂ ਨੇ ਜੀ, ਇਹਨਾਂ ਨੂੰ ਠੀਕ ਕਰਨ ਦੇ ਲਈ ਤੁਹਾਡੇ ਕੋਲ ਆਯੁਰਵੇਦਿਕ ਤਰੀਕੇ ਨਾਲ ਕੀ ਉਪਚਾਰ ਆ, ਜਾਂ ਕੀ ਤੁਸੀਂ ਗ੍ਰੰਥਾਂ ਦੇ ਵਿੱਚੋਂ ਕੱਢ ਕੇ ਜਿਹੜਾ ਨੁਕਤਾ ਤਿਆਰ ਕੀਤਾ, ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਉਸ ਚੀਜ਼ ਨੂੰ ਅਪਣਾਉਣ, ਅਤੇ ਜਿਹੜੇ ਹੈਗੇ ਮੈਡੀਕਲ ਤੁਸੀਂ ਦੱਸਿਆ ਕਿ ਦੇਸੀ ਦਵਾਈਆਂ ਅੰਗਰੇਜ਼ੀ ਦਵਾਈਆਂ ਉਹਨਾਂ ਤੋਂ ਬਚਾਅ ਕਰਕੇ ਅਤੇ ਆਪਣੇ ਸਰੀਰ ਨੂੰ ਆਯੁਰਵੇਦਿਕ ਤਰੀਕੇ ਨਾਲ ਕਿਵੇਂ ਠੀਕ ਕਰਨਾ? ਸਭ ਤੋਂ ਪਹਿਲਾਂ ਤਾਂ ਆਪਾਂ ਸ਼ੂਗਰ ਵਾਲੀ ਗੱਲ ਹੀ ਕਲੀਅਰ ਕਰ ਦਿੰਦੇ ਹਾਂ। ਬਿਲਕੁਲ, ਸ਼ੂਗਰ ਦੇ ਪੇਸ਼ੈਂਟਾਂ ਨੂੰ ਦੋ ਟੈਸਟ ਕਰਾਉਣੇ ਚਾਹੀਦੇ ਆ। ਜਿਹੜਾ ਪਹਿਲਾ ਟੈਸਟ ਆ CPF ਦਾ ਟੈਸਟ ਆ, ਇਹ ਕਰਵਾਉਣ ਦੇ ਨਾਲ ਇਹ ਪਤਾ ਲੱਗ ਜੂਗਾ ਕਿ ਸ਼ੂਗਰ ਤੁਹਾਨੂੰ ਟਾਈਪ 1 ਆ ਕਿ ਟਾਈਪ 2 ਆ। ਜੀ, ਸਟੇਜ ਬਣ ਜਾਂਦੀ ਹੈ। ਹਾਂਜੀ, ਦੂਸਰਾ ਫਾਸਟਿੰਗ PP ਦਾ ਜਿਹੜਾ ਟੈਸਟ ਕਿਹਾ ਸੀ, ਇਹਦੇ ਚ ਇਨਸੁਲਿਨ ਚੈੱਕ ਹੁੰਦੀ ਆ। ਦੁਬਾਰਾ ਫਿਰ ਆਪਾਂ ਕਲੀਅਰ ਕਰ ਦਿੰਦੇ ਆ, CPF ਦਾ ਜੋ ਟੈਸਟ ਆ ਉਹਦੇ ਵਿੱਚ ਇਹ ਪਤਾ ਲੱਗ ਜੂ ਕਿ ਸ਼ੂਗਰ ਤੁਹਾਨੂੰ ਟਾਈਪ 1 ਆ ਕਿ ਟਾਈਪ 2 ਆ, ਤੇ ਜਿਹੜਾ ਫਾਸਟਿੰਗ PP ਦਾ ਉਹਦੇ ਵਿੱਚ ਇਨਸੁਲਿਨ ਦੀ ਮਾਤਰਾ ਚੈੱਕ ਹੋ ਜਾਂਦੀ ਆ। ਜਿਹੜਾ ਤੁਸੀਂ ਡੇਲੀ ਵਾਲਾ ਰੂਟੀਨ ਵਾਲਾ ਚੈੱਕਅਪ ਕਰਾਉਂਦੇ ਆ ਉਹਦੇ ਵਿੱਚ ਡਾਕਟਰ ਗਲੂਕੋਜ਼ ਚੈੱਕ ਕਰਦੇ ਆ, ਉਹਦੇ ਵਿੱਚ ਤੁਹਾਨੂੰ ਫਿਰ ਸ਼ੂਗਰ ਦੀ ਪਰਮਾਨੈਂਟ ਗੋਲੀ ਲਾ ਦਿੰਦੇ, ਨਾ ਕਿ ਉਹ ਆਪਣੀ ਬੋਡੀ ਦਾ ਜਿਹੜਾ ਸ਼ੂਗਰ ਟੈਸਟ ਹੁੰਦਾ। ਨਹੀਂ ਹੁੰਦਾ, ਬਿਲਕੁਲ ਬਿਲਕੁਲ, ਜਿਵੇਂ ਤੁਸੀਂ ਕਿਹਾ ਸੀ, ਇਹ ਵੀ ਇੱਕ ਬਹੁਤ ਵੱਡੀ ਗੱਲ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੀ ਆ ਕਿ ਅਸੀਂ ਇਹ ਸਮਝ ਲੈਂਦੇ ਕਿ ਅਸੀਂ ਚੈੱਕ ਕਰਾਇਆ ਸ਼ੂਗਰ, ਚੈੱਕ ਕਰਾਇਆ ਮਾਤਰਾ ਗਲੂਕੋਜ਼ ਦੀ ਸੁਬਹ ਸੁਬਹ ਖਾਧਾ ਤਾਂ ਵਧੀ ਹੁੰਦੀ, ਡਾਕਟਰ ਨੇ ਦਵਾਈ ਦੇ ਦੇਣੀ, ਉਹ ਹਿਸਾਬ ਨਾਲ ਦਵਾਈ ਦੇ ਦੇਣੀ ਸ਼ੂਗਰ ਦੀ, ਕਿਉਂਕਿ ਦਵਾਈ ਕਿਤੇ ਨਾ ਕਿਤੇ ਫਾਇਦਾ ਕਰਨ ਦੇ ਬਜਾਏ ਉਹ ਨੁਕਸਾਨ ਕਰ ਜਾਂਦਾ। 80% ਡਾਕਟਰਾਂ ਨਾਲ ਤੁਸੀਂ ਇਹ ਗੱਲ ਕਰੋਗੇ ਦੋਨਾਂ ਟੈਸਟਾਂ ਦਾ, ਉਹਨਾਂ ਦੇ ਧਿਆਨ ਦੇ ਵਿੱਚ ਵੀ ਇਹ ਚੀਜ਼ ਨਹੀਂ ਹੈਗੀ ਤੇ ਉਹ ਇਹ ਟੈਸਟ ਦੱਸਦੇ ਨਹੀਂ ਹੈ। ਦੇਖੋ, ਤੁਸੀਂ ਕੋਰੋਨਾ ਦੌਰਾਨ ਇੱਕ ਚੀਜ਼ ਦੇਖੀ, ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਡਾਕਟਰ ਗਲਤ ਕਰ ਰਹੇ ਆ, ਬਿਲਕੁਲ, ਕਿਉਂਕਿ ਡਾਕਟਰ ਨੂੰ ਰੱਬ ਦਾ ਰੂਪ ਮੰਨਿਆ ਗਿਆ, ਪਰ ਕੋਰੋਨਾ ਦੌਰਾਨ ਬਹੁਤ ਕੁਰਬਾਨੀਆਂ ਹੋਈਆਂ, ਡਾਕਟਰਾਂ ਨੇ ਬਹੁਤ ਸ਼ਹਾਦਤਾਂ ਦਿੱਤੀਆਂ, ਕਿਉਂਕਿ ਉਸ ਬਿਮਾਰੀ ਦੇ ਨਾਲ ਲੜੇ ਆ, ਲੋਕਾਂ ਦੇ ਇਲਾਜ ਕਰਦੇ, ਬਹੁਤ ਸਾਰੇ ਡਾਕਟਰਾਂ ਦਾ ਆਪਦਾ ਵੀ ਨੁਕਸਾਨ ਹੋਇਆ, ਰੱਬ ਦਾ ਰੂਪ ਮੰਨਿਆ ਗਿਆ। ਲੇਕਿਨ ਇੱਕ ਬਹੁਤ ਵੱਡੀ ਲੁੱਟ ਹੋ ਰਹੀ ਆ ਡਰ ਦੇ ਨਾਂ ਤੇ, ਬਿਮਾਰੀ ਦੇ ਨਾਂ ਤੇ ਬਹੁਤ ਵੱਡੀ ਲੁੱਟ ਹੋ ਰਹੀ ਆ। ਬਿਲਕੁਲ ਜੀ, ਬਿਲਕੁਲ, ਔਰ ਉਸ ਲੁੱਟ ਨੂੰ ਖਤਮ ਕੀਤਾ ਜਾ ਸਕਦਾ ਤੁਹਾਡੀ ਰਸੋਈ ਦੇ ਵਿੱਚ ਹੀ, ਜਿਵੇਂ ਤੁਸੀਂ ਕਿਹਾ ਸੀ ਜਾਂਦੇ ਜਾਂਦੇ ਆਪਾਂ ਗੱਲ ਕਰਾਂਗੇ ਲਾਸਟ ਦੇ ਵਿੱਚ, ਤੁਹਾਡੀ ਰਸੋਈ ਦੇ ਵਿੱਚ ਹੀ ਤੁਹਾਡਾ ਪੂਰਾ ਇਲਾਜ ਪਿਆ, ਤੇ ਲੋਕ ਸਾਡੇ ਇੰਨੇ ਕੁ ਪ੍ਰੋਫੈਸ਼ਨਲ ਹੋ ਚੁੱਕੇ ਆ, ਸਾਰੇ ਟੋਟਲ ਕੰਮ ਰੈਡੀਮੈਂਟ ਕਰਦੇ ਆ। ਬਿਲਕੁਲ ਜੀ, ਬਿਲਕੁਲ, ਤਾਂ ਖਾਣੇ ਪੀਣੇ ਵੀ ਆਪਣੇ ਰੈਡੀਮੈਂਟ ਹੋ ਗਿਆ, ਇਸ ਕਰਕੇ ਜਿਹੜੀਆਂ ਬਿਮਾਰੀਆਂ ਨੂੰ ਅਸੀਂ ਸਿੱਧਾ ਖੁਦ ਦੇ ਰਹੇ ਹਾਂ, ਤਾਂ ਸ਼ੂਗਰ ਵਾਲੇ ਲੋਕਾਂ ਨੂੰ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਚਾਹੀਦਾ। ਵੀ ਇਹ ਪ੍ਰੈਕਟੀਕਲ ਵੀ ਮੇਰੇ ਦੋਸਤਾਂ ਨੇ ਜਾ ਕੇ ਜਦੋਂ ਚੈੱਕਅਪ ਕਰਵਾਏ ਤਾਂ ਉਹਨਾਂ ਨੇ ਦੱਸਿਆ, ਕਹਿੰਦੇ ਯਾਰ ਅਸੀਂ ਚੈੱਕ ਕਰਾਏ ਸਾਨੂੰ ਸ਼ੂਗਰ ਆਈ ਆ, ਤੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਹ ਦੋ ਟੈਸਟ ਕਰਵਾਓ ਜੀ, ਤਾਂ ਜਦੋਂ ਟੈਸਟ ਕਰਵਾਏ ਤਾਂ ਟੈਸਟ ਨੋਰਮਲ ਆਏ, ਕਿਉਂਕਿ ਜਦੋਂ ਕਿਸੇ ਪੇਸ਼ੈਂਟ ਨੂੰ ਕੋਈ ਬਿਮਾਰੀ ਦੱਸ ਦਿੱਤੀ ਜਾਂਦੀ ਤਾਂ ਉਹਦੇ ਮਾਈਂਡ ਦੇ ਵਿੱਚ ਇਫੈਕਟ ਹੋ ਜਾਂਦੀ ਆ, ਤੇ ਜੇ ਨਹੀਂ ਵੀ ਹੈਗੀ ਸਮਾਂ ਬਾਕੀ ਉਹ ਚੀਜ਼ ਬਣਦੀ ਆ, ਮਾਈਂਡ ਸੈੱਟ ਕੀਤਾ ਜਾਂਦਾ, ਜਿਹੜੀ ਚੀਜ਼ ਤੁਸੀਂ ਸੋਚ ਲੈਂਦੇ ਹੋ ਇਹ ਕਿਤਾਬੀ ਗੱਲ ਵੀ ਆ ਕਿ ਜਿਹੜੀ ਚੀਜ਼ ਆਪਾਂ ਮਨ ਦੇ ਵਿੱਚ ਸੋਚ ਲਈ ਉਹ ਹੋ ਜਾਂਦੀ ਚਾਹੇ ਤੁਸੀਂ ਨੈਗੇਟਿਵ ਲੈ ਲਓ ਚਾਹੇ ਨੈਗੇਟਿਵ ਲੈ ਲਓ ਪੋਜ਼ਿਟਿਵ ਲੈ ਲਓ, ਇਹ ਤੁਹਾਡੇ ਇਸ ਕਰਕੇ ਬਹੁਤ ਵਧੀਆ ਗੱਲ ਕੀਤੀ ਹੈ ਗੱਲ ਸਾਹਿਬ ਨੇ। ਇੱਕ ਤਾਂ ਸਾਨੂੰ ਚਾਹੀਦਾ ਸਕਾਰਾਤਮਕ ਸੋਚੀਏ, ਸੁਬਹਾ ਸੁਬਹਾ ਦੀ ਸਾਡੀ ਇੱਕ ਰੂਟੀਨ ਹੋਣੀ ਚਾਹੀਦੀ ਹੈ, ਆਪਾਂ ਜਨਰਲ ਗੱਲਾਂ ਵੀ ਕਰਾਂਗੇ ਮੈਡੀਕਲ ਆਯੁਰਵੇਦਿਕ ਵੀ ਦੱਸਾਂਗੇ ਕਿ ਜਿਹੜਾ ਸਵੇਰ ਦੀ ਸਾਡੀ ਰੂਟੀਨ ਕੀ ਹੋਣੀ ਚਾਹੀਦੀ ਆ ਰੋਜ਼ਮਰਾ ਦੀ, ਸਵੇਰ ਦੇ ਟਾਈਮ ਕੋਈ ਵੀ ਨੈਗੇਟਿਵ ਗੱਲ ਤੁਸੀਂ ਮਾਈਂਡ ਦੇ ਵਿੱਚ ਨਹੀਂ ਪਾਉਣੀ, ਇਹ ਵੀ ਇੱਕ ਆਯੁਰਵੇਦਿਕ ਤਰੀਕਾ ਹੀ ਆ, ਤਰੀਕਾ ਹੀ ਆ। ਬਿਲਕੁਲ, ਸਵੇਰ ਦੇ ਟਾਈਮ ਤੁਸੀਂ ਪੋਜ਼ਿਟਿਵ ਵਿਊ ਲੈਣਾ ਕੋਈ ਵੀ, ਅਗਰ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਫੈਮਿਲੀ ਦੇ ਵਿੱਚ ਕੋਈ ਨੈਗੇਟਿਵ ਗੱਲ ਕਰਦਾ ਵੀ ਤਾਂ ਉਹਨੂੰ ਰੋਕ ਦਿਓ, ਆਪਣਾ ਜਿਹੜਾ ਔਰਾ ਹੈ ਮਾਈਂਡ ਦਾ ਔਰਾ ਇਹਨੂੰ ਇੰਨਾ ਕੁ ਸਟਰੋਂਗ ਕਰ ਲਓ ਕੋਈ ਵੀ ਨੈਗੇਟਿਵ ਗੱਲ ਤੁਹਾਡੇ ਮਾਈਂਡ ਤੇ ਅਟੈਕ ਨਾ ਕਰ ਪਾ,
ਤਾਂ ਜੇ ਤੁਸੀਂ ਇਹ ਕਰ ਲਿਆ ਤਾਂ ਸਮਝ ਲਓ 85% ਤੁਸੀਂ ਆਪਣੇ ਸਰੀਰ ਨੂੰ ਫਿੱਟ ਰੱਖਣਾ। ਵੈਸੇ ਵੀ ਕੋਈ ਜੇ ਦਿਮਾਗ ਤੋਂ ਆਪਾਂ ਸੈੱਟ ਆ ਆਪਾਂ ਪੂਰੇ ਸਟਰੋਂਗ ਹੈਗੇ ਆ ਤਾਂ ਸਾਨੂੰ ਬਿਮਾਰੀ ਛੇਤੀ ਆ ਹੀ ਨਹੀਂ ਕਰਦੀ। ਜੇ ਉਹ ਆਂਟੀ ਕੁਛ ਵੀ ਕਰਦੀ ਤਾਂ ਆਪਾਂ ਸਟਰੋਂਗ ਆ ਤਾਂ ਆਪਣੇ ਦੇ ਪਿੱਛੇ ਹੋ ਜਾਂਦੀ ਹੈ। ਬਿਲਕੁਲ ਬਿਲਕੁਲ, ਜੇ ਤੁਸੀਂ ਪ੍ਰੈਕਟੀਕਲ ਥੋੜਾ ਸਰਚ ਕਰਕੇ ਦੇਖੋਗੇ ਬਹੁਤ ਸਾਰੇ ਪੇਸ਼ੈਂਟ ਇਹੋ ਜਿਹੇ ਆ ਜਿਨ੍ਹਾਂ ਨੇ ਕੈਂਸਰ ਵਰਗੀਆਂ ਨਾਮਰਾਦ ਬਿਮਾਰੀਆਂ ਤੇ ਵੀ ਜਿੱਤ ਪ੍ਰਾਪਤ ਕਰ ਲਈ ਮੈਂਟਲੀ ਤੌਰ ਤੇ। ਬਿਲਕੁਲ ਮੈਂਟਲੀ ਤੌਰ ਮੈਂਟਲੀ ਤੌਰ ਤੇ ਪ੍ਰਪੇਅਰ ਸੀ ਨਾ। ਬਿਲਕੁਲ ਬਿਲਕੁਲ, ਉਹਨਾਂ ਨੂੰ ਪਤਾ ਸੀ ਬਿਮਾਰੀ ਹੈਗੀ ਪਰ ਉਹ ਪ੍ਰਪੇਅਰ ਸੀ, ਸਟਰੋਂਗ ਸੀ, ਤਾਂ ਹੀ ਉਹ ਬਿਲਕੁਲ ਇਹ ਜਿਹੀ ਬਿਮਾਰੀਆਂ ਤੋਂ। ਦੂਜੀ ਗੱਲ ਇਹ ਆ ਕਿ ਸਾਨੂੰ ਖਾਣ ਪੀਣ ਦੇ ਤਰੀਕਿਆਂ ਨੂੰ ਸੁਧਾਰਨਾ ਪੈਣਾ। ਬਿਲਕੁਲ ਜੀ, ਦੋ ਕੰਮ ਹੋ ਸਕਦੇ, ਜਾਂ ਤਾਂ ਤੁਸੀਂ ਆਪਣਾ ਖਾਣ ਪੀਣ ਦੀ ਰੂਟੀਨ ਸੁਧਾਰ ਲਓ ਤੇ ਜਾਂ ਫਿਰ ਲੋਕਾਂ ਡਾਕਟਰਾਂ ਦੇ ਘਰ ਸੁਧਾਰ ਲਓ। ਬਿਲਕੁਲ ਜੀ, ਇਹ ਤਾਂ ਫਿਰ ਹੈਗਾ ਹੀ ਆ ਫਿਰ, ਕਿਉਂਕਿ ਡਾਕਟਰਾਂ ਦੇ ਘਰ ਵਧੀਆ ਸੁਧਰ ਰਹੇ ਆ, ਕਿਉਂਕਿ ਡਾਕਟਰਾਂ ਦੇ ਘਰ ਪੈਸਾ ਜਾ ਰਿਹਾ ਤੁਹਾਡੇ ਨਾਲ ਹੀ, ਸਵਾਰੇ ਜਾ ਰਹੇ ਡਾਕਟਰ ਖੁਦ ਜਿਹੜੇ ਆਯੁਰਵੈਦਿਕ ਇਲਾਜ ਲੈ ਰਹੇ ਜੇ ਕੋਈ ਪ੍ਰੋਬਲਮ ਆਉਂਦੀ ਤਾਂ। ਹਾਂ, ਜੇ ਮੈਡੀਕਲ ਡਾਕਟਰਾਂ ਨੂੰ ਪ੍ਰੋਬਲਮ ਆਉਂਦੀ ਆ ਤਾਂ 85% ਡਾਕਟਰ ਜਿਹੜੇ ਆ ਉਹ ਰੂਟੀਨ ਜੋ ਮੈਡੀਕਲ ਉਪਚਾਰ ਆ ਉਹ ਨਹੀਂ ਕਰਦੇ ਗੇ, ਉਹ ਰਸੋਈ ਵਾਲਾ ਇਲਾਜ ਕਰਦੇ ਆਪਣੇ। ਤਾਂ ਫਿਰ ਆਪਾਂ ਨੂੰ ਵੀ ਜਿਹੜਾ ਰਸੋਈ ਦਾ ਇਲਾਜ ਆ ਉਹਨੂੰ ਅਪਣਾਉਣਾ ਚਾਹੀਦਾ। ਤੇ ਇੱਕ ਚੀਜ਼ ਤੁਹਾਡੇ ਧਿਆਨ ਦੇ ਵਿੱਚ ਹੋਰ ਕਰਦੀ ਹੈ ਤੁਹਾਡੇ ਚੈਨਲ ਤੇ ਕਿ 90-95% ਲੋਕਾਂ ਦੀ ਜਿਹੜੀ ਬਿਮਾਰੀ ਸ਼ੁਰੂ ਹੁੰਦੀ ਆ ਉਹ ਕੌਂਸਟੀਪੇਸ਼ਨ ਤੋਂ ਹੁੰਦੀ ਹੈ, ਕਬਜ਼ੀ ਸਾਰੀਆਂ ਬਿਮਾਰੀਆਂ ਤੋਂ ਜ਼ਿਆਦਾ। ਜੀ ਬਿਲਕੁਲ, ਕਿਉਂਕਿ ਸਵੇਰ ਤੋਂ ਸ਼ਾਮ ਤੱਕ ਖਾਣ ਪੀਣ ਦੀ ਸਾਡੀ ਕੋਈ ਰੂਟੀਨ ਨਹੀਂ ਗੀ, ਖਾਸ ਕਰਕੇ ਪੰਜਾਬੀਆਂ ਦੀ। ਬਿਲਕੁਲ ਜੀ, ਵੈਸੇ ਆਪਾਂ ਗੱਲ ਰੋਕਦੇ ਤੁਹਾਡੀ ਗੱਲ ਸਾਹਿਬ, ਜੇ ਕੋਈ ਆਪਾਂ ਗੱਡੀ ਮਹਿੰਗੀ ਲੈਂਦੇ ਹਾਂ ਤਾਂ ਆਪਾਂ ਸੋਚਦੇ ਹਾਂ ਕਿ ਯਾਰ ਇਹ ਡੀਜ਼ਲ ਗੱਡੀ ਹੈ, ਇਹ 'ਚ ਪੈਟਰੋਲ ਨਾ ਪੈ ਜੇ, ਪੈਟਰੋਲ ਨਾ ਪੈ ਜੇ। ਤੇ ਕਦੇ ਆਪਾਂ ਸੋਚਿਆ ਕਿ ਬਾਡੀ ਆਈ ਆ ਸਾਡੀ, ਅਸੀਂ ਮੰਨ ਲਓ ਸਵੇਰੇ ਨਿਕਲੇ ਘਰੋਂ ਚਾਹ ਪੀਤੀ, ਚਾਹ ਤੋਂ ਬਾਅਦ ਜੇ ਆਪਾਂ ਨੂੰ ਘੰਟੇ ਬਾਅਦ ਲੱਸੀ ਮਿਲ ਗਈ ਸੀ ਉਹ ਵੀ ਸਾਡੇ ਲਈ, ਜੇ ਕੋਈ ਹੋਰ ਚੀਜ਼ ਮਿਲ ਗਈ ਕੋਕ ਆ ਗਿਆ ਸਿੱਟੀ ਬਰਗਰ ਸ਼ਰਗਰ ਜੋ ਆ ਗਿਆ ਜਾਣ ਦਾ ਅੰਦਰ, ਇਹ ਇੱਕ ਚੱਲਦਾ ਫਿਰਦਾ ਡਸਟਬੀਨ ਬਣਾਇਆ। ਹਾਂ, ਡਸਟਬੀਨ ਹੈ। ਔਰ ਜਿਹੜੀ ਗੱਲ ਗਿਲ ਸਾਹਿਬ ਨੇ ਕਹੀ ਵੀ ਗੱਡੀ ਮਹਿੰਗੀ ਲੈ ਲਈਏ ਤਾਂ ਸਾਨੂੰ ਚਿੰਤਾ ਰਹਿੰਦੀ ਕਿ ਡੀਜ਼ਲ ਵਾਲੀ ਆ ਪੈਟਰੋਲ ਨਾ ਪੈ ਜੇ, ਜਿਹੜੀ ਕੁਦਰਤ ਨੇ ਉਹ ਗੱਡੀ ਦਿੱਤੀ ਜਿਹਦੀ ਰਿਪੇਅਰ ਜਿਹੜੀ ਆ ਨਹੀਂ ਹੋਣੀ ਦੁਬਾਰਾ, ਜੋ ਪਾਰਟਸ ਖਰਾਬ ਹੋ ਗਿਆ ਤੇ ਉਹਦੀ ਅਸੀਂ ਬਿਲਕੁਲ ਵੀ ਸੰਭਾਲ ਕੇਅਰ ਨਹੀਂ ਕਰਦੇ, ਨਹੀਂ ਕਰਦੇ, ਬਿਲਕੁਲ ਨਹੀਂ ਕਰਦੇ। ਸੋ ਬਿਮਾਰੀਆਂ ਤੋਂ ਬਚਣ ਵਾਸਤੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਤੁਹਾਡਾ ਜਿਹੜਾ ਸਰੀਰ ਆ ਰੈਗੂਲਰ ਸਹੀ ਢੰਗ ਦੇ ਨਾਲ ਸਾਫ਼ ਹੋਣਾ ਚਾਹੀਦਾ। ਇਹੀ ਨਹੀਂ ਹੁੰਦਾ, ਹਰ ਬੰਦੇ ਦੀ ਬੋਡੀ ਦੇ ਵਿੱਚ 3 ਦੋਸ਼ ਹੁੰਦੇ, ਵਾਤ, ਪਿੱਤ, ਕਫ਼, ਤੇ ਉਹ ਅਨਬੈਲੈਂਸ ਹੀ ਰਹਿੰਦੇ ਤਕਰੀਬਨ, ਸਹੀ ਗੱਲ ਹੈ ਨਾ ਜੀ। ਜਿਹਦੇ ਕਰਕੇ 90-95% ਲੋਕਾਂ ਨੂੰ ਕਬਜ਼ ਦੀ ਪ੍ਰੋਬਲਮ ਰਹਿੰਦੀ ਹੈ। ਉਹਦੇ ਵਾਸਤੇ ਅਸੀਂ ਇੱਕ ਸੰਜੀਵਨੀ ਬੂਟੀ ਤਿਆਰ ਕੀਤੀ ਜਿਹਦਾ ਨਾਮ ਹੀ ਕਬਜ਼ ਤੋੜ ਰੱਖਿਆ। ਅੱਛਾ, ਇਹ ਕਬਜ਼ ਤੋੜ, ਠੀਕ ਹੈ। ਇਹ ਡੇਲੀ ਦੀ ਰੂਟੀਨ ਆ, ਹਰ ਬੰਦੇ ਦੀ ਰੂਟੀਨ ਆ, ਰੱਖਣੀ ਚਾਹੀਦੀ ਆ। ਤਕਰੀਬਨ ਰਾਤ ਨੂੰ ਪੈਣ ਲੱਗਿਆ ਜੀ, ਜਿਹੜੇ ਬੰਦੇ ਨੂੰ ਬਹੁਤ ਜ਼ਿਆਦਾ ਕਬਜ਼ ਰਹਿੰਦੀ ਆ ਉਹਨੂੰ 1/2 ਚਮਚ ਦੇ ਦਿਓ। ਓਕੇ, ਦੋ ਕੰਮ ਕਰੂਗਾ ਇਹ 2-in-1। ਇੱਕ ਤਾਂ ਜਦੋਂ 1/2 ਚਮਚ ਦਿੱਤਾ ਤੇ ਜਿਹੜੀ ਜਿੰਨੀ ਉਹਨੂੰ ਗੈਸ ਬਣੀ ਆ, ਜਿਵੇਂ ਆਪਾਂ ਕਹਿੰਦੇ ਨੇ ਬਦ ਹਾਜ਼ਮੀ ਹੋ ਗਈ, ਡਕਾਰ ਬਿਲਕੁਲ ਬਿਲਕੁਲ, 1/2 ਚਮਚ ਦੇ ਦਿਓ। ਉਸੇ ਟਾਈਮ ਖਾਧਾ ਪੀਤਾ ਤਾਂ ਬਿਲਕੁਲ ਨੀਚੇ ਚਲਾ ਜਾਊਗਾ, ਡਕਾਰ ਆਜੂਗਾ ਉਸੇ ਟਾਈਮ, ਹੱਥ ਤੇ ਸਰੋਂ ਜਮਾਉਣ ਵਾਲੀ ਗੱਲ। ਤੇ ਸਵੇਰ ਨੂੰ ਜੌਬ ਤੇ ਜਾਣ ਤੋਂ ਪਹਿਲਾਂ ਪਹਿਲਾਂ ਪੇਟ ਉਹਦਾ ਫੁੱਲ ਵਰਗਾ ਹੋਜੂ, ਗਰੰਟੀ ਆ। ਮਤਲਬ ਕਿ ਪੇਟ ਸਾਫ਼ ਹੋਗਾ ਤਾਂ ਸਮਝ ਲਓ ਸਭ ਕੁਝ ਠੀਕ ਹੈ। ਹਾਂ, ਜੇ ਇਕੱਲਾ ਬਦ ਹਾਜ਼ਮੀ ਆ, ਜਿਵੇਂ ਆਪਾਂ ਕਹਿੰਦੇ ਖੱਟੇ ਖੱਟੇ ਡਕਾਰ, ਫਿਰ ਉਹਨੂੰ 1/2 ਚਮਚ ਲੈਣ ਦੀ ਲੋੜ ਨੀ, ਫਿਰ ਉਹਨੂੰ ਚੁਟਕੀ ਭਰ। ਓਕੇ, ਚੁਟਕੀ ਭਰ ਲੈ ਲਓ, ਥੋੜਾ ਜਿਹਾ ਲੈ ਲਓ, ਤੇ ਜਿੱਥੇ ਮਰਜ਼ੀ ਆਫਿਸ ਬੈਠੇ ਭਲਾ ਤੁਸੀਂ, ਜਦੋਂ ਤੁਹਾਨੂੰ ਲੱਗਦਾ ਪਿਆ ਵੀ ਆਹ ਚੀਜ਼ ਮੱਚਦੀ ਪਈ ਆ, ਲੈ ਕੇ ਉੱਤੋਂ ਕੋਸਾ ਜਿਹਾ ਪਾਣੀ ਪੀਓ, ਨਾਲ ਹੀ ਡਕਾਰ ਆਜੂਗਾ। ਬਿਲਕੁਲ, ਕਹਿੰਦੇ ਦੁਪਹਿਰ ਦਾ ਖਾਣਾ ਖਾਂਦੇ ਆਫਿਸ ਦੇ ਵਿੱਚ ਬੈਠੇ ਵੀ ਆਪਾਂ ਖਾਣਾ ਖਾਂਦੇ ਆ, ਤਾਂ ਇਹ ਚੀਜ਼ ਅਕਸਰ ਹੀ ਹੁੰਦੀ ਹੈ। ਬਿਲਕੁਲ, ਕਿ ਖਾਣਾ ਖਾ ਕੇ ਬਾਅਦ ਤੋਂ ਬਦ ਹਾਜ਼ਮੀ ਜੀ ਹੋਣੀ, ਖੱਟੇ ਖੱਟੇ ਡਕਾਰ ਜੇ ਆਉਣੇ,
ਲਾਲ ਬੰਗਲਾ ਹਰਜਿੰਦਰ ਸਿੰਘ ਨਗਰ ਦੇ ਵਿੱਚ ਆਪਣੀ ਆਪਣੀ ਮੈਨੂਫੈਕਚਰਿੰਗ ਖੋਲੀ ਕੰਪਨੀ ਦੀ, ਔਰ ਹੌਲੀ ਹੌਲੀ ਹਰ ਉਹ ਚੀਜ਼ ਤਿਆਰ ਕੀਤੀ ਜਾਊਗੀ ਜੋ ਆਪਣੇ ਘਰਾਂ ਦੇ ਵਿੱਚ ਵਰਤੀ ਜਾਂਦੀ ਹੈ। ਹੋਰ ਕਿਹੜੀ ਜਿਹੜੀ ਆਪਾਂ ਜੀਨੈਕਸ 94 ਜਿਹੜਾ ਆਯੁਰਵੇਦਿਕ ਤਰੀਕੇ ਨਾਲ ਜਿਹੜੀ ਉਹਦੀਆਂ ਤੋਂ ਤਿਆਰ ਕੀਤੇ ਗਏ ਸੀ, ਕਿਹੜੇ 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 ਪ੍ਰੋਡਕਟ ਨੇ ਤੁਹਾਡੇ ਕੋਲ? ਉਹ ਤੋਂ ਬਾਅਦ ਜੀ ਜਿਹੜੀ ਸਮੱਸਿਆ ਸਾਡੀਆਂ ਮਾਵਾਂ ਭੈਣਾਂ ਤੇ ਬੱਚਿਆਂ ਨੂੰ ਆਉਂਦੀ ਆ, 85% ਤੋਂ ਜ਼ਿਆਦਾ ਲੇਡੀਜ਼ ਨੂੰ ਇੰਟਰਨਲ ਪ੍ਰੋਬਲਮ ਹੁੰਦੀ ਆ ਜੀ, ਸ਼ਰਮ ਦੀਆਂ ਮਾਰੀਆਂ ਜਾ ਕੇ ਡਾਕਟਰਾਂ ਨੂੰ ਦੱਸਦੀਆਂ ਨਹੀਂ ਦੱਸਦੀਆਂ। ਹੌਲੀ ਹੌਲੀ ਕੀ ਹੁੰਦਾ, ਉਹ ਪ੍ਰੋਬਲਮ ਜਿਹੜੀ ਵੱਧਦੀ 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 ਬ੍ਰੈਸਟ ਦੇ ਵਿੱਚ ਗੰਢਾਂ ਬਣ ਜਾਂਦੀਆਂ ਤੇ ਬੱਚੇਦਾਨੀ ਦੇ ਵਿੱਚ ਰਸੋਲੀਆਂ ਬਣ ਜਾਂਦੀਆਂ। ਇੱਕ ਦਿਨ ਜਾ ਕੇ ਉਹ ਇੱਥੋਂ ਤੱਕ ਚਲੀ ਜਾਂਦੀ ਸਮੱਸਿਆ ਕਿ ਬ੍ਰੈਸਟ ਨੂੰ ਤਾਂ ਕੱਟਣਾ ਪੈਂਦਾ ਕਿਉਂਕਿ ਕੈਂਸਰ ਬਣ ਜਾਂਦਾ ਵਿੱਚ, ਤੇ ਯੂਟਰਸ ਨੂੰ ਬੱਚੇਦਾਨੀ ਨੂੰ ਰਿਮੂਵ ਕਰਨਾ ਪੈਂਦਾ। 85% ਤੋਂ ਵੱਧ ਇਹ ਆਪਣੀਆਂ ਭੈਣਾਂ ਨੂੰ ਮਾਵਾਂ ਨੂੰ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਆ। ਅੱਗੇ ਤਾਂ ਇਹ ਗੱਲ ਹੁੰਦੀ ਸੀ, ਮੰਨਣ ਦੇ ਵਿੱਚ ਆਉਂਦੀ ਸੀ ਸੁਣਨ ਦੇ ਵਿੱਚ ਕਿ ਤਕਰੀਬਨ 40-45-50 ਸਾਲ ਤੋਂ ਬਾਅਦ ਹੀ ਆਉਂਦੀ ਲੇਡੀ ਨੂੰ ਬੱਚੇਦਾਨੀ ਦੇ ਵਿੱਚ ਰਸੌਲੀਆਂ ਵਗੈਰਾ ਬਣੀਆਂ। ਅੱਜ ਇਹ ਪ੍ਰੋਬਲਮ 18-27-28 ਸਾਲ ਦੀਆਂ ਬੱਚੀਆਂ ਨੂੰ ਵੀ ਹੋ ਰਹੀ ਪ੍ਰੋਬਲਮ। ਬਹੁਤ ਖਾਣ ਪੀਣ ਦੀ ਇੱਕ ਸੋਚਣ ਵਾਲੀ ਗੱਲ ਹੈ ਕਿ ਜੇਕਰ ਸਾਡੀਆਂ ਇੰਨੀ ਛੋਟੀ ਉਮਰ ਦੀਆਂ ਬੱਚਿਆਂ ਨੂੰ ਇੱਦਾਂ ਦੀ ਪ੍ਰੋਬਲਮ ਆ ਲਈ, ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਦੇ ਵਿਆਹ ਵੀ ਹੋਣੇ ਨੇ, ਤਾਂ ਫਿਰ ਉਹ ਬੱਚਾ ਪੈਦਾ ਕਰਦੇ ਬਹੁਤ ਵੱਡੀ ਪ੍ਰੋਬਲਮ ਆ ਰਹੀ, ਬਹੁਤ ਵੱਡੀ ਸੋਚਣ ਵਾਲੀ ਗੱਲ। ਉਹਦੇ ਵਾਸਤੇ ਅਸੀਂ ਵੋਮਨ ਸਿਕਿਓਰ ਜੀ, ਇਹ ਦੋ ਹੈ ਬਿਲਕੁਲ ਬਿਲਕੁਲ, ਸਜੀਵਨੀ ਤੇ ਚੰਦਰ ਪ੍ਰਭਾ ਵੱਟੀ, ਹੋਰ ਬਹੁਤ ਸਾਰੇ ਜੜੀਆਂ ਬੂਟੀਆਂ ਤੋਂ ਤਿਆਰ ਕੀਤੀ ਆ, ਜਿਹਦਾ ਨਾਂ ਜੀਨੈਕਸ ਵੋਮਨ ਸਿਕਿਓਰ ਲਿਖਿਆ ਸੀ। ਵੀ ਇਹਦੇ ਨਾਲ ਔਰਤ 120% ਸਿਕਿਓਰ ਆ, ਔਰ ਪ੍ਰੈਕਟੀਕਲੀ ਗੱਲਾਂ ਕਰਾਂਗੇ ਅਸੀਂ ਤੁਹਾਡੇ ਨਾਲ, ਜਿਹੜੀਆਂ ਵੀ ਆਪਣੀਆਂ ਵਿਚਾਰਾਂ ਹੋਣਗੀਆਂ। ਬਹੁਤ ਸਾਰੇ ਜੇ ਆਪ ਨੈਟ ਤੇ ਸਰਚ ਮਾਰ ਕੇ ਦੇਖਿਆ ਜਾਵੇ ਜੀਨੈਕਸ 94 ਆਪਣੀ ਕੰਪਨੀ ਦਾ ਨਾਮ ਆ, ਤਾਂ ਉਹ ਪੇਸ਼ੈਂਟ ਆਪਣੇ ਜਿਹੜੀਆਂ ਬੀਬੀਆਂ ਨੇ ਇਹਨੂੰ ਵਰਤਿਆ ਤੇ ਉਹਨਾਂ ਦੇ ਰਿਜ਼ਲਟ ਇੰਨੇ ਕੁ ਜ਼ਿਆਦਾ ਵਧੀਆ ਆਏ ਆ ਕਿ ਜਿਹਨਾਂ ਨੂੰ ਡਾਕਟਰਾਂ ਨੇ ਦੱਸਤਾ ਕਿ ਸਰ ਤੁਹਾਡੇ ਬੱਚੇਦਾਨੀ ਨੂੰ ਰਿਮੂਵ ਕੀਤਾ ਜਾਊਗਾ, ਹੋਰ ਕਿਸੇ ਦਾ ਕੋਈ ਹੱਲ ਨਹੀਂ, ਹੋਰ ਕੋਈ ਹੱਲ ਨਹੀਂ ਹੈਗਾ। ਤਾਂ ਉਹਨਾਂ ਦੀਆਂ ਸਾਨੂੰ ਕਾਲਾਂ ਆਈਆਂ ਕਿ ਸਾਡੀ ਸਾਨੂੰ ਬੱਚੇਦਾਨੀ ਰਿਮੂਵ ਨਹੀਂ ਕਰਨੀ ਪਈ, ਔਰ ਸਾਡੀਆਂ ਜਿਹੜੀਆਂ ਰਸੋਲੀਆਂ ਸੀ ਉਹ ਵੀ ਰਿਮੂਵ ਹੋ ਗਈਆਂ ਤੇ ਅਸੀਂ ਬਿਲਕੁਲ ਫਿੱਟ ਆ। ਕਿਉਂਕਿ ਔਰਤ ਨੂੰ ਇੱਕ ਸਮੱਸਿਆ ਨਹੀਂ ਹੁੰਦੀ, ਹਜ਼ਾਰਾਂ ਪ੍ਰੋਬਲਮਾਂ ਹੁੰਦੀਆਂ ਔਰਤ ਨੂੰ, ਤੇ ਉਹ ਸਾਰੀਆਂ ਪ੍ਰੋਬਲਮਾਂ ਤੇ ਕੰਮ ਕਰਦਾ। ਵਾਹ ਜੀ ਵਾਹ। ਇਹ ਵੀ ਪ੍ਰੋਡਕਟ ਜੇਕਰ ਆਪਾਂ ਮੰਗਵਾਉਣਾ ਚਾਹੁਣ ਤਾਂ ਆਪਾਂ ਇੱਕ ਨੀਚੇ ਨੰਬਰ ਵੀ ਤੁਹਾਡਾ ਜਾਰੀ ਕਰਾਂਗੇ ਪੱਟੀ ਦੇ ਵਿੱਚ, ਬਿਲਕੁਲ। ਤੇ ਜੇਕਰ ਤੁਹਾਡੀ ਟੀਮ ਦੇ ਨਾਲ ਕੰਟੈਕਟ ਕਰਨਾ ਹੋਵੇ ਕਿਸੇ ਨੇ ਵੀ ਸਾਨੂੰ ਆਹ ਸਮੱਸਿਆ ਆ ਰਹੀ ਹੈ, ਤਾਂ ਉਸਦਾ ਵੀ ਤੁਸੀਂ ਹੱਲ, ਉਹਦਾ ਵੀ ਆਪਾਂ ਜ਼ਰੂਰ ਦੱਸਾਂਗੇ। ਔਰ ਅੱਗੇ ਸਰਦੀਆਂ ਆ ਰਹੀਆਂ, ਸਰਦੀਆਂ ਦੇ ਵਿੱਚ ਇੱਕ ਜਿਵੇਂ ਤੁਸੀਂ ਸੁਣਿਆ ਹੋਣਾ ਕਿ ਬੱਚੇ ਦਾ ਜਦੋਂ ਜਨਮ ਹੋਣ ਤੋਂ ਪਹਿਲਾਂ ਦਾ 9 ਮਹੀਨੇ ਦਾ ਜਿਹੜਾ ਸਮਾਂ ਹੁੰਦਾ ਮਾਂ ਦੇ ਪੇਟ ਦੇ ਵਿੱਚ ਜੀ, ਤੇ ਉਹਨੂੰ ਉਹ ਖੁਰਾਕ ਜਿਹੜੀ ਮਿਲਦੀ ਆ ਉਹ ਮਾਂ ਦੀ ਨਾਭੀ ਰਾਹੀਂ ਮਿਲਦੀ ਆ। ਬਿਲਕੁਲ ਜੀ, ਨਾਭੀ ਰਾਹੀਂ ਮਿਲਦੀ ਆ ਮਾਂ ਦੀ ਨਾਭੀ, ਜਿਹੜੀ ਨਾਭੀ ਆਪਣੀ ਹੁੰਦੀ ਆ ਉਹ ਮਾਂ ਦੇ ਨਾਭੀ ਦੇ ਨਾਲ ਕਨੈਕਸ਼ਨ ਉਹਦਾ ਹੁੰਦਾ ਪੇਟ ਦੇ ਵਿੱਚ। ਆਪਾਂ ਪੰਜਾਬੀ ਦੇ ਵਿੱਚ ਉਹ ਕਹਿ ਦਿੰਦੇ ਕਿ ਰੂਆ ਕੱਟਿਆ ਨਾਰੂਆ ਕਹਿੰਦੇ ਆ, ਤੇ ਇਹਦਾ ਕਨੈਕਸ਼ਨ ਮਾਂ ਦੇ ਪੇਟ ਦੇ ਵਿੱਚ ਨਾਭੀ ਦੇ ਨਾਲ ਹੁੰਦਾ, ਤੇ ਆਪਣੇ ਸਰੀਰ ਨੂੰ ਜਨਮ ਤੋਂ ਪਹਿਲਾਂ 9 ਮਹੀਨੇ ਜਿਹੜੀ ਖੁਰਾਕ ਮਿਲਦੀ ਆ ਉਹ ਆਪਣੀ ਧੁਨੀ ਤੋਂ ਮਿਲਦੀ ਤੋਂ ਮਿਲਦੀ ਹੈ। ਸੋ ਇਹ ਇੱਕ ਇਹੋ ਜਿਹੀ ਸਜੀਵਨੀ ਤਿਆਰ ਕੀਤੀ ਆ, ਇਹਨੂੰ ਇਹਦਾ ਨਾਮ ਰੱਖਿਆ ਜੀਨੈਕਸ ਨਾਭੀ ਓਇਲ, ਕੈਮਰੇ ਵਿੱਚ ਦਿਖਾਇਆ ਜਾ ਇਹਦਾ ਨਾਮ ਆ ਜੀਨੈਕਸ ਨਾਭੀ ਓਇਲ, ਤੁਸੀਂ ਵੈਸੇ ਵੀ ਬੈਕ ਤੇ ਫਰੰਟ ਤੇ ਬਾਅਦ ਦੇ ਵਿੱਚ ਦਿਖਾਓਗੇ ਜੀ। ਇਹਦਾ ਕੀ ਕੰਮ ਆ, ਜਿੱਦਾਂ ਮੰਨ ਲਓ ਵੀ
ਕੋਈ ਦਰਖਤ ਲੱਗਿਆ ਤੇ ਉਹਦੇ ਪੱਤਿਆਂ ਦੇ ਉੱਤੇ ਆਪਾਂ ਪਾਣੀ ਪਾਈ ਚੱਲ ਗਏ ਜੜ ਨੂੰ ਨਾ ਦਈਏ ਤਾਂ ਪੱਤੇ ਹਰੇ ਰਹਿਣਗੇ ਕਿ ਸੁੱਕ ਜਾਣਗੇ? ਉਹ ਪੱਤੇ ਸੁੱਕ ਜਾਣਗੇ, ਕਿਉਂਕਿ ਦਰਖਤ ਨੂੰ ਹਰਾ ਰੱਖਣ ਵਾਸਤੇ ਪਾਣੀ ਉਹਦੀ ਜੜ ਦੇ ਵਿੱਚ ਦਿੱਤਾ ਜਾਣਾ, ਨਾ ਕਿ ਉਹਦੇ ਪੱਤਿਆਂ ਨੂੰ। ਬਿਲਕੁਲ ਜੀ, ਬਿਲਕੁਲ। ਜਿਹੜਾ ਅਸੀਂ ਹੋਰ ਟ੍ਰੀਟਮੈਂਟ ਕਰਦੇ ਹਾਂ, ਮੰਨ ਲਓ ਕਿੱਲ ਛਾਈਆਂ ਜਾਂ ਹੋਰ ਕੋਈ ਬਣਦਾ ਫੇਸ ਤੇ, ਅਸੀਂ ਉੱਪਰੋਂ ਇਸਤੇਮਾਲ ਕਰਦੇ ਹਾਂ, ਬਿਲਕੁਲ, ਇਹ ਸਾਡੇ ਔਰਗੈਨ ਜਿਹੜੇ ਹੈਗੇ ਆ, ਇਹ ਟਾਹਣੀਆਂ ਤੇ ਪੱਤੇ ਆ ਸਰੀਰ ਦੇ, ਜਿਹੜੀ ਇਹਦੀ ਜੜ ਆ ਸਰੀਰ ਦੀ ਉਹ ਸਾਡੀ ਨਾਭੀ ਆ, ਨਾਭੀ ਆ। ਤੇ ਜੇਕਰ ਇਹਨੂੰ ਨਾਭੀ ਦੇ ਵਿੱਚ ਸਵੇਰੇ ਉੱਠ ਕੇ, ਇਹ ਕਿਸੇ ਪੇਸ਼ੈਂਟ ਵਾਸਤੇ ਨਹੀਂ ਹੈ, ਪੇਸ਼ੈਂਟ ਵਰਤੂਗਾ ਤਾਂ ਠੀਕ ਹੋਊਗਾ, ਇਹ ਹੋਊਗਾ ਹਰੇਕ ਵਾਸਤੇ, ਕਿਸੇ ਵੀ ਮਰੀਜ਼ ਨੂੰ ਤੁਸੀਂ ਦੇ ਦਿਓ ਉਹ 110% ਉਹਨੇ ਠੀਕ ਹੋਣਾ ਹੀ ਹੋਣਾ, ਨਾ ਦੀ ਤਾਂ ਕੋਈ ਗੱਲਬਾਤ ਨਹੀਂ, ਕੋਈ ਵੀ ਬਿਮਾਰੀ 100%। ਲੇਕਿਨ ਇਹ ਇਕੱਲੇ ਮਰੀਜ਼ਾਂ ਵਾਸਤੇ ਨਹੀਂ ਬਣੀ, ਇਹ ਤਾਂ ਜਿੰਨੇ ਲੋਕ ਆ, 145 ਕਰੋੜ ਲੋਕਾਂ ਦੀ ਆਬਾਦੀ ਆ, ਹਰ ਬੰਦੇ ਨੂੰ ਸਵੇਰੇ ਉੱਠਣ ਸਾਰ ਸਰਾਣਾ ਨੀਚੋ ਕੱਢ ਕੇ, ਸਰਾਣਾ ਨਹੀਂ ਲੈਣਾ, ਬਿਲਕੁਲ ਲੰਮੇ ਲੇਟ ਕੇ 2-3 ਬੂੰਦਾਂ ਪਾਉਣੀਆਂ ਪੇਟ ਦੇ ਵਿੱਚ, ਧੁੰਨੀ ਦੇ ਵਿੱਚ, ਨਾਭੀ ਦੇ ਵਿੱਚ ਪਾ ਕੇ 5 ਮਿੰਟ ਲੇਟ ਰਹਿਣਾ, ਸਰੀਰ ਨੂੰ ਬਿਲਕੁਲ ਢਿੱਲਾ ਛੱਡ ਦਿਓ। 5 ਮਿੰਟਾਂ ਬਾਅਦ ਉਹ ਨਾਭੀ ਰਾਹੀਂ ਤੁਹਾਡੇ ਸਰੀਰ ਦੀ 72,000 ਨਾਲੀਆਂ ਦੇ ਵਿੱਚ ਫੈਲ ਜਾਏਗਾ। ਜਿਹੜਾ ਮਾੜਾ ਮੋਟਾ ਆਇਲ ਬਚਿਆ ਉਹਨੂੰ ਇਹਦੇ ਨਾਭੀ ਦੇ ਇਰਦ ਗਿਰਦ ਲੇਪਣ ਕਰ ਲਓ, ਜੇ ਰੂਟੀਨ ਦੇ ਨਾਲ ਇਹ ਕੰਮ ਕਰਦੇ ਰਹੀਏ ਇਹਦਾ ਰਿਜ਼ਲਟ ਕੀ ਹੈ, ਜਿਵੇਂ ਆਪਾਂ ਕੌਨਸਟੀਪੇਸ਼ਨ ਦੀ ਗੱਲ ਕੀਤੀ ਕਬਜ਼ ਦੀ, ਤੁਸੀਂ ਜਿਹੜੇ ਦਿਨ ਨਾਭੀ ਦੇ ਵਿੱਚ ਪਾਇਆ ਸ਼ਾਮ ਨੂੰ ਰਿਜ਼ਲਟ ਦੇਖ ਲਿਓ। ਅੱਛਾ ਜੀ, ਇਹਨੇ ਸਭ ਤੋਂ ਪਹਿਲੇ ਤਾਂ ਤੁਹਾਡੀ ਕਬਜ਼ ਤੋੜ ਦੇਣੀ ਹੈ, ਕਿਉਂਕਿ ਇਹਨੇ ਬੋਡੀ ਦੇ ਵਿੱਚ ਕੀ ਕਰਨਾ, 72,000 ਨਾੜਾਂ ਦੀ ਬਲੋਕਸ ਖਤਮ ਕਰਨੀ, ਇਹਦਾ ਕੰਮ ਆ। ਇਹ ਤਾਂ ਬੜਾ ਤਕੜਾ ਪ੍ਰੋਡਕਟ ਫਿਰ ਹੈਗਾ। ਗੱਲ ਸਾਹਿਬ ਤੁਸੀਂ ਕਿਹਾ ਕਿ ਨਾਭੀ ਆਇਲ ਕਹਿੰਦੇ ਇਹਨੂੰ, ਨਾਭੀ ਆਇਲ, ਠੀਕ ਹੈ ਜੀ ਜੀ, ਕਿਉਂਕਿ ਜਦੋਂ ਤੁਹਾਡੀ 72,000 ਨਾੜਾਂ ਦੇ ਵਿੱਚੋਂ ਬਲੋਕਸ ਖਤਮ ਹੋ ਗਈ ਤਾਂ ਬਿਮਾਰੀਆਂ ਖਤਮ ਹੋ ਗਈਆਂ। ਬਿਲਕੁਲ, ਅੱਜ ਕੱਲ੍ਹ ਮੌਤਾਂ ਕਿੱਦਾਂ ਦੀਆਂ ਹੁੰਦੀਆਂ, ਨਾੜੀ ਬਲੋਕ, ਸਾਇਲੈਂਟ ਅਟੈਕ ਹੁੰਦੇ ਲੋਕਾਂ ਨੂੰ। ਤਕਰੀਬਨ ਕੁਛ ਦਿਨ ਪਹਿਲਾਂ ਹੀ ਮੇਰੇ ਦੋਸਤ ਆ ਕਪੂਰਥਲੇ ਤੋਂ, ਕਿਸੇ ਦੇ ਘਰੇ, ਉਹ ਆਪਣਾ ਮੈਡੀਕਲ ਡਾਕਟਰ ਆ, ਕਿਸੇ ਦੇ ਘਰੇ ਪੱਟੀ ਕਰਨ ਗਏ ਤੇ ਘਰੋਂ ਜੋ ਤੁਰ ਲੱਗੇ ਤਾਂ ਉਹਨਾਂ ਲੱਗਿਆ ਵੀ ਇੱਥੋਂ ਛਾਤੀ ਚੋਂ ਦਰਦ ਜੀ ਨਿਕਲੀ, ਤੇ ਖੁਦ ਡਾਕਟਰ ਆ ਸੀਰੀਅਸ ਨਹੀਂ ਲਿਆ ਵੀ ਨੋਰਮਲ ਗੈਸ ਦੀ ਆਪਦੀ ਵੀ ਅੱਜ ਕੱਲ੍ਹ ਇੱਥੋਂ ਦਰਦ ਨਿਕਲਦੀ ਆ। ਸ਼ਾਮ ਦਾ ਟਾਈਮ ਆ, ਕਿਸੇ ਦੇ ਘਰੇ ਜੇ ਪੱਟੀ ਖੋਲੀ, ਦੂਜੀ ਪੱਟੀ ਕਰਨੀ ਸੀ, ਕੁਰਸੀ ਤੇ ਰਹਿ ਗਏ, ਅਟੈਕ ਹੋ ਗਿਆ, ਅਟੈਕ ਆ ਗਿਆ, ਸਿਲੰਡਰ ਅਟੈਕ, ਸਾਇਲੈਂਟ ਅਟੈਕ। ਔਰ ਏਦਾਂ ਦੀਆਂ ਮੌਤਾਂ ਹੁੰਦੀਆਂ ਅੱਜ ਕੱਲ, ਤਾਂ ਐ ਥੋੜੀ ਆ ਵੀ ਤੁਸੀਂ ਦੂਜਾ ਵੀ ਤੁਹਾਨੂੰ ਪਤਾ ਲੱਗੂਗਾ ਜਾਂ ਪਹਿਲਾਂ ਦਾ ਮਤਲਬ ਕੀ ਅਟੈਕ ਆ, ਕੋਈ ਨਾੜੀ ਆਪਣੀ ਵਰਕ ਕਰਨਾ ਛੱਡਦਾ, ਬਲੌਕ ਹੋ ਗਿਆ, ਸਰਕਲ ਨਹੀਂ ਕੀਤਾ, ਪੈਰਾਲਾਈਜ਼ ਕਰਦਾ ਹੁੰਦਾ ਜਦੋਂ ਤੁਹਾਡੀ ਕਿਸੇ ਵੀ ਸਾਈਡ ਦੇ ਕਿਸੇ ਪਾਸੇ ਤੇ ਕੋਈ ਨਾੜੀ ਬਲੌਕ ਹੋ ਗਈ ਤਾਂ ਉਹ ਤੁਹਾਡੀ ਸਾਈਡ ਰੋਕੀ। ਬਿਲਕੁਲ ਬਿਲਕੁਲ। ਤਾਂ ਇਹਨੇ ਕੀ ਕਰਨਾ, ਤੁਹਾਡੇ 72,000 ਨਾੜੀਆਂ ਦੇ ਵਿੱਚੋਂ ਬਲੌਕ ਚ ਖੋਲ ਦੇਣੀ ਹੈ, ਨਾਭੀ ਆਇਲ, ਨਾਭੀ ਆਇਲ ਨੇ, ਹਾਂਜੀ, ਇਹ ਵੀ ਆਪਣਾ ਤਿਆਰ ਕੀਤਾ। ਬਿਲਕੁਲ, ਤਕਰੀਬਨ ਇੱਕ ਚੀਜ਼ ਤੁਸੀਂ ਨੋਟ ਕੀਤੀ ਹੋਣੀ ਆ, ਤੁਹਾਡੇ ਕੋਲੇ ਹਾਲਾਂਕਿ ਬਹੁਤ ਸਾਰੀਆਂ ਸਾਡੇ ਆਯੁਰਵੇਦਾ ਦੇ ਵਿੱਚ ਹਰਬਲ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਹੀ ਅਸੀਂ ਤਿਆਰ ਕਰ ਰਹੇ ਹਾਂ ਜੋ ਘਰ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੋਜ਼ਮਰਾ ਦੀ ਜ਼ਰੂਰਤ ਹੈ। ਜ਼ਰੂਰਤ ਹੈ, ਬਿਲਕੁਲ, ਚਾਹੇ ਉਹ ਸਰੋਂ ਦਾ ਤੇਲ ਕਿਉਂ ਨਹੀਂ ਗਾ, ਰਾਈਟ, ਚਾਹੇ ਸਿਰ ਤੇ ਲਾਉਣ ਵਾਲਾ ਹੀ ਓਇਲ ਕਿਉਂ ਨਹੀਂ ਗਾ, ਉਹ ਵੀ ਅਸੀਂ ਹਰਬਲ ਦੇ ਵਿੱਚ ਔਰਗੈਨਿਕ ਤਿਆਰ ਕਰ ਰਹੇ ਹਾਂ। ਓਕੇ, ਪਰ ਇੱਥੋਂ ਤੱਕ ਕਿ ਨਹਾਉਣ ਦੇ ਲਈ ਸਾਬਣ ਵੀ ਜਿਹੜਾ ਸਾਡਾ ਉਹ ਹਰਬਲ ਦੇ ਵਿੱਚ ਬਣਦਾ, ਮਤਲਬ ਕਿ ਆਮ ਜਿਹੜੇ ਸਾਬਣ ਆਪਾਂ ਦੁਕਾਨਾਂ ਤੋਂ ਲੈ ਲੈਂਦੇ ਹਾਂ, ਕੈਮੀਕਲ ਵਾਲੇ ਆ ਗਏ, ਜਾਂ ਕਿਸੇ ਵੀ ਕੰਪਨੀ ਦੀ ਗੱਲ ਕਰ ਲਈ ਆਪਾਂ ਲੈ ਲਿਆ, ਬਿਲਕੁਲ, ਹੁਣ ਵਰਦਿਆ ਕੈਮੀਕਲ ਦਾ, ਕੈਮੀਕਲ ਆ, ਆਉਣ ਵਾਲੇ ਸਮੇਂ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਸਾਹਮਣੇ ਆਉਣੀਆਂ, ਜਿਸ ਤਰ੍ਹਾਂ ਬਾਬਾ ਰਾਮਦੇਵ ਜੀ ਨੇ ਉਪਰਾਲਾ ਕੀਤਾ ਸੀਗਾ ਪਤੰਜਲੀ ਦੇ ਨਾਮ ਦੇ ਨਾਲ ਭਾਰਤ ਦੇ ਵਿੱਚ, ਕਿ ਅੱਜ ਪੂਰੇ ਵਿਸ਼ਵ ਦੇ ਵਿੱਚ ਛਾਏ ਹੋਇਆ ਆਯੁਰਵੇਦਾ ਨੂੰ ਪ੍ਰਮੋਟ ਕਰ ਰਹੇ, ਹੋਰ ਵੀ ਸਾਡੇ ਬਹੁਤ ਸਾਰੇ ਵੈਦ ਆ। ਸੋ ਉਹ ਚੀਜ਼ ਨੂੰ ਅੱਗੇ ਲਿਜਾਉਂਦਿਆਂ ਹੋਇਆਂ ਅਸੀਂ ਆਯੁਰਵੇਦਾ ਦਾ ਜੋ ਉਪਚਾਰ ਕਰ ਰਹੇ ਹਾਂ ਪੰਜਾਬ ਦੇ ਵਿੱਚ, ਤਾਂ ਅੱਜ ਆਪਾਂ ਪਹਿਲੇ ਦਿਨ ਬੈਠੇ ਹਾਂ, ਬਿਲਕੁਲ ਜੀ, ਪੂਰੇ ਭਾਰਤ ਦੇ ਵਿੱਚ ਆਪਣਾ ਜੇ ਜੋ ਆਯੁਰਵੇਦਾ ਦੇ ਵਿੱਚ ਅਸੀਂ ਤਿਆਰ ਕਰ ਰਹੇ ਹਾਂ ਸੰਜੀਵਨੀ, ਚਾਹੇ ਉਹ ਕੋਈ ਵੀ ਚੀਜ਼ ਆ, ਉਹ ਸਾਊਥ ਦੇ ਵਿੱਚ ਬਹੁਤ ਸਾਰੇ
ਸਟੇਟਾਂ ਦੇ ਵਿੱਚ ਜਾ ਰਹੀ ਆ ਔਰ ਪੰਜਾਬ ਦੇ ਵਿੱਚ ਅੱਜ ਸ਼ੁਰੂਆਤ ਆ ਤੁਹਾਡੇ ਨਾਲ ਬੈਠੇ ਆ ਕਿਉਂਕਿ ਤੁਹਾਡੇ ਨਾਲ ਗੱਲਬਾਤ ਹੋਈ ਤੁਸੀਂ ਕਿਹਾ ਵੀ ਜਿਹੜੇ ਬਾਗ ਦੇ ਵਿੱਚ ਉੱਗੇ ਆ ਉੱਥੇ ਦੇ ਕੰਡੇ ਵੀ ਚੁਗਣੇ ਚਾਹੀਦੇ ਆ ਬਿਲਕੁਲ ਚੁਗਣੇ ਚਾਹੀਦੇ ਆ ਸਾਰੀ ਦੁਨੀਆ ਦਾ ਕੋਰ ਤਾਂ ਬੇਸ਼ੱਕ ਨਹੀਂ ਕੱਢ ਸਕਦੇ ਤਾਂ ਸਾਨੂੰ ਵੀ ਮਹਿਸੂਸ ਹੋਇਆ ਹਾਂ ਯਾਰ ਸਾਨੂੰ ਇਹ ਗੱਲ ਪੰਜਾਬ ਦੇ ਵਿੱਚ ਵੀ ਲੋਕਾਂ ਨੂੰ ਦੱਸਣੀ ਚਾਹੀਦੀ ਆ ਤਾਂ ਇੱਕ ਚੀਜ਼ ਹੋਰ ਆ ਗਿੱਲ ਸਾਹਿਬ ਜਾਂਦੇ ਜਾਂਦੇ ਇੱਕ ਗੱਲ ਤੁਹਾਡੇ ਨਾਲ ਆਪਾਂ ਹੋਰ ਸ਼ੇਅਰ ਕਰਾਂਗੇ ਇਸ ਚੈਨਲ ਤੇ ਇੱਕ ਸਭ ਤੋਂ ਇੱਕ ਚੀਜ਼ ਤਾਂ ਤੁਸੀਂ ਦੇਖੀ ਹੋਣੀ ਵੀ ਚਾਹੇ ਕੌਨਸਟੀਪੇਸ਼ਨ ਦੀ ਗੱਲ ਕੀਤੀ ਆ ਚਾਹੇ ਆਪਾਂ ਸੁਜੀਨੀ ਚੰਦਰਪਾਲ ਦੀ ਕੀਤੀ ਚਾਹੇ ਨਾਭੀਓਲ ਦੀ ਕੀਤੀ ਆ ਇਹਨਾਂ ਨੇ ਜਿਹੜੀ ਬਿਮਾਰੀ ਵਾਸਤੇ ਇਹਨਾਂ ਨੂੰ ਵਰਤਿਆ ਗਿਆ ਉਹ ਤਾਂ ਠੀਕ ਕਰਨੀ ਕਰਨੀ ਹੈ ਲੇਕਿਨ ਜਿਹੜੀ ਬਿਮਾਰੀ ਦਾ ਤੁਹਾਨੂੰ ਨਹੀਂ ਪਤਾ ਬੋਡੀ ਦੇ ਵਿੱਚ ਬਣ ਰਹੀ ਆ ਇਹਨਾਂ ਨੇ ਉਹਨੂੰ ਵੀ ਰਿਮੂਵ ਕਰ ਦੇਣਾ ਇੰਨਾ ਇਹ ਫਾਇਦੇਮੰਦ ਜਿਹੜਾ ਇਹ ਬਿਲਕੁਲ ਬਿਲਕੁਲ ਟੋਟਲ ਸਾਰੀਆਂ ਹਰਬਲ ਜੜੀਆਂ ਬੂਟੀਆਂ ਇਹਦੇ ਵਿੱਚ ਕੋਈ ਵੀ ਚੀਜ਼ ਬਾਹਰ ਤੋਂ ਨਹੀਂ ਪਾਈ ਗਈ ਬਿਲਕੁਲ ਗੱਲ ਸਾਹਿਬ ਇਹ ਬਿਲਕੁਲ ਸਾਰੀਆਂ ਗੱਲਾਂ ਹੋ ਗਈਆਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਾਡਾ ਜਿਹੜਾ ਕਾਰੋਬਾਰ ਆ ਇਹ ਤੁਹਾਡੀ ਮੈਨੂਫੈਕਚਰਿੰਗ ਆ ਕਾਨਪੁਰ ਦੇ ਵਿੱਚ ਆ ਕਾਨਪੁਰ ਆਪਾਂ ਹੁਣ ਦਰਸ਼ਕਾਂ ਨੂੰ ਇਹ ਤਾਂ ਦੱਸਿਆ ਨੇ ਕਿ ਪੰਜਾਬ ਦੇ ਵਿੱਚੋਂ ਭਾਈ ਅਸੀਂ ਮੰਗਵਾਉਣੀ ਆ ਜਾਂ ਲੈਣੀ ਆ ਅਸੀਂ ਕਿਵੇਂ ਪਹੁੰਚ ਕਰਾਂਗੇ ਤੁਹਾਡੇ ਤੱਕ ਇਸ ਤੋਂ ਪਹਿਲਾਂ ਇੱਕ ਚੀਜ਼ ਆਪਾਂ ਹੋਰ ਕਰਾਂਗੇ ਤੁਸੀਂ ਕਹੀ ਜਾਂਦੇ ਜਾਂਦੇ ਤੁਹਾਨੂੰ ਕੁਛ ਨਾ ਕੁਛ ਦੱਸ ਕੇ ਜਾਣਾ ਇੱਕ ਅਸੀਂ ਇਹੋ ਜਿਹੀ ਸੁਜੀਵਨੀ ਬੂਟੀ ਤਿਆਰ ਕੀਤੀ ਆ ਜਿਹਦਾ ਨਾਮ ਅਸੀਂ ਸ਼ੂ ਮੰਤਰ ਰੱਖਿਆ ਅੱਛਾ ਸ਼ੂ ਮੰਤਰ ਦਾ ਕਾਰਨ ਕੀ ਆ ਕਿ ਸਭ ਤੋਂ ਵੱਡੀ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਨੂੰ ਸਮੱਸਿਆ ਆ ਰਹੀ ਆ ਸਰੀਰ ਦੇ ਵਿੱਚ ਦਰਦਾਂ ਦਾ ਹੋਣਾ ਬਿਲਕੁਲ ਜੇ ਤੁਸੀਂ 100 ਬੰਦਾ ਖੜਾ ਕਰਕੇ ਉਹਨਾਂ ਨੂੰ ਪੁੱਛਿਆ ਜਾਊਗਾ ਵੀ ਤੁਹਾਨੂੰ ਪ੍ਰੋਬਲਮ ਕੀ ਆ ਤੇ ਉਹਦੇ ਵਿੱਚੋਂ ਤਕਰੀਬਨ 95% ਲੋਕ ਕਹਿਣਗੇ ਯਾਰ ਸਰੀਰ ਦੇ ਵਿੱਚ ਦਰਦਾਂ ਕੋਈ ਕਹਿੰਦਾ ਮੇਰਾ ਗੋਡਾ ਦੁਖਦਾ ਕੋਈ ਕਹਿੰਦਾ ਮੋਢਾ ਦੁਖਦਾ ਕੋਈ ਕਹਿੰਦਾ ਜੋੜਾਂ ਦੇ ਵਿੱਚ ਦਰਦਾਂ ਇਹ ਸਮੱਸਿਆ ਰੈਗੂਲਰ ਆ ਰਹੀ ਬਿਲਕੁਲ ਉਹਦੇ ਵਾਸਤੇ ਅਸੀਂ ਕਾਫੀ ਸਮੇਂ ਤੋਂ ਰਿਸਰਚ ਕਰ ਰਹੇ ਸੀ ਵਾਹਿਗੁਰੂ ਨੇ ਕਿਰਪਾ ਕੀਤੀ ਸਾਡੇ ਹੱਥ ਦੇ ਵਿੱਚ ਉਹ ਹਨੂਮਾਨ ਵਾਲੀ ਸੀ ਜੀਵਨੀ ਬੂਟੀ ਲੱਗ ਗਈ ਅੱਛਾ ਜੀ ਤੇ ਅਸੀਂ ਉਹਨੂੰ ਜਦੋਂ ਤਿਆਰ ਕੀਤਾ ਤੇ ਆਪਣੇ 100-150-200 ਬੰਦੇ ਤੇ ਪਹਿਲਾਂ ਐਕਸਪੈਰੀਮੈਂਟ ਕੀਤਾ ਪ੍ਰੈਕਟੀਕਲੀ ਦਿੰਦੇ ਅਸੀਂ ਕਿਹੜੇ ਬੰਦੇ ਨੂੰ ਸੀ ਜਿਹੜੇ ਬੰਦੇ ਦੀ ਜਾਨ ਨਿਕਲ ਰਹੀ ਆ ਜਿਹੜਾ ਬੰਦਾ ਕਹਿੰਦਾ ਵੀ ਮੇਥੋਂ ਰਾਤ ਨਹੀਂ ਨਿਕਲਦੀ ਮੈਂ ਬੜਾ ਤੰਗ ਆ ਬਿਲਕੁਲ ਇੱਕ ਦੋ ਬੰਦੇ ਇਹ ਜਿਹਨਾਂ ਨੂੰ ਪੰਪ ਲੱਗਿਆ ਹੋਇਆ ਸੀਗਾ ਸਾਹ ਪੰਪ ਨਾਲ ਲੈਂਦੇ ਸੀਗੇ ਦਮੇ ਦੀ ਪ੍ਰੋਬਲਮ ਕਹਿੰਦੇ ਆ ਜਿਨ੍ਹਾਂ ਦੇ ਗੋਡਿਆਂ 'ਚ ਬਹੁਤ ਪ੍ਰੋਬਲਮ ਆ ਇਹੋ ਜਿਹੇ ਬੰਦੇ ਅਸੀਂ 150-200 ਬੰਦਾ ਇਕੱਠਾ ਕੀਤਾ ਇਕੱਠਾ ਕਰਕੇ ਅਸੀਂ ਉਹਨਾਂ ਸਾਰੇ ਬੰਦਿਆਂ ਨੂੰ ਦਿੱਤੀ ਤੇ ਉਹਦਾ ਰਿਜ਼ਲਟ ਦੀ ਜੇ ਮੈਂ ਤੁਹਾਡੇ ਨਾਲ ਗੱਲ ਕਰਾਂ ਤਾਂ ਪੈਰਾਂ ਥੱਲੋਂ ਜ਼ਮੀਨ ਨਿਕਲਣ ਵਾਲੀ ਆ 120% ਰਿਜ਼ਲਟ ਹੈ ਅੱਛਾ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਇੱਕ ਵਾਰ ਦਿਨ ਦੇ ਵਿੱਚ ਜਾਂ ਵਾਰ-ਵਾਰ ਲੈਣੀ ਪੈਂਦੀ ਹੈ ਨਹੀਂ ਜਦੋਂ ਡੋਜ਼ ਲੈ ਲਈ ਪਹਿਲੇ ਦਿਨ ਤੋਂ ਹਾਲਾਂਕਿ ਮੈਡੀਕਲ ਉਸੇ ਦਿਨ ਹੀ ਮਿਲ ਜਾਣਾ ਉਸੇ ਜਦੋਂ ਰਾਤ ਦੇ ਟਾਈਮ ਦੇਣੀ ਆ ਸੌਣ ਲੱਗਿਆ ਤੇ ਸਵੇਰ ਨੂੰ ਉੱਠ ਕੇ ਬੰਦਾ ਤੁਹਾਨੂੰ ਕਾਲ ਕਰੂਗਾ ਵੀ ਗਿੱਲ ਸਾਹਿਬ ਜਿਹੜੀ ਤੁਸੀਂ ਸ਼ੂ ਮੰਤਰ ਉਹ ਸਜੀਵਨੀ ਦਿੱਤੀ ਸੀ ਵਾਕਈ ਮੇਰੇ ਜਿਹੜੀ ਦਰਦ ਸੀ ਗੋਡਿਆਂ ਦੇ ਵਿੱਚੋਂ ਸ਼ੂ ਮੰਤਰ ਹੋ ਗਈ ਆ ਜਿਹੜੀ ਮੈਨੂੰ ਦਮੇ ਦੀ ਪ੍ਰੋਬਲਮ ਸੀ ਉਹ ਸ਼ੂ ਮੰਤਰ ਹੋ ਗਈ ਆ ਇਹ ਗੱਲ ਹੋਰ ਆ ਕਿ ਨਸ਼ੇ ਵਾਲਾ ਬੰਦਾ ਹੋਵੇ ਕੋਈ ਵੀ ਦੋਡੇ ਭੁੱਕੀ ਫੀਮ ਜਾਂ ਜਿਹੜੀ ਅੱਜ ਦੀ ਸਭ ਤੋਂ ਨਾਮਰਾ ਦੀ ਕੈਂਸਰ ਤੋਂ ਵੀ ਗੰਦੀ ਬਿਮਾਰੀ ਆ ਚਿੱਟੇ ਦੀ ਲੱਗੀ ਹੋਈ ਆ ਪੰਜਾਬ ਨਵੀਂ ਪੀੜ੍ਹੀ ਖਤਮ ਸਾਡੀ ਇੱਕ ਕਰਨ ਤੇ ਤੁਲੀ ਹੋਈ ਆ ਉਹ ਬਿਮਾਰੀ ਤੇ ਵੀ ਰੋਕ ਪਾਈ ਜਾ ਸਕਦੀ ਆ ਇਹਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਜੜੀਆਂ ਬੂਟੀਆਂ ਪਾਈਆਂ ਗਈਆਂ ਜਿਹੜੀ ਉਹ ਘਾਟ ਮਹਿਸੂਸ ਹੁੰਦੀ ਆ ਬੱਚਿਆਂ ਨੂੰ ਨਸ਼ੇ ਦੀ ਤੋੜ ਲੱਗਦੀ ਨਸ਼ੇ ਤੇ ਲੱਗੇ ਹੋਏ ਆ ਜੇ ਤੁਸੀਂ ਉਹਨਾਂ ਨੂੰ ਇਹ ਡੋਜ਼ ਦੇ ਦਵੋ ਇੱਕ ਜਿਹੜੀ ਖੁਰਾਕ ਆ ਰਾਤ ਦੀ ਤਾਂ ਉਹ ਆਪਣੇ ਉਹ ਨਸ਼ੇ ਨੂੰ ਛੱਡ ਸਕਦੇ ਰੈਗੂਲਰ ਰੂਟੀਨ ਦੇ ਵਿੱਚ ਅੱਛਾ ਇਹ ਕਹਿਣ ਦਾ ਭਾਵ ਕਿ ਤੁਸੀਂ ਜਿਹੜੇ ਚਿੱਟੇ ਦੀ ਗੱਲ ਕਰ ਰਹੇ ਆ ਜੀ ਚਿੱਟੇ ਦੇ ਨਾਲ ਜਿਹੜੇ ਨੌਜਵਾਨ ਆ ਬਿਲਕੁਲ ਡੋਜ਼ ਲੈਂਦੇ ਆ ਬਿਲਕੁਲ ਜਾਂ ਇੰਜੈਕਸ਼ਨ ਵੀ ਲੈਂਦੇ ਨੇ ਜੀ ਜੀ ਉਹਨਾਂ ਨੂੰ ਇਹ ਰਾਤ ਸਮੇਂ ਹੀ ਦੋਜ਼ ਦੇ ਰਾਤ ਨੂੰ ਦੇ ਸਕਦੇ ਆ ਜੇ ਦਿਨ ਦੇ ਟਾਈਮ ਵੀ ਦੇਣੀ ਮੰਨ ਲਓ ਕੋਈ ਡੋਜ਼ ਜ਼ਿਆਦਾ ਲੈਂਦਾ ਕੋਈ ਦਿਨੇ ਵੀ ਡੋਜ਼ ਲੈਂਦਾ ਪਹਿਲਾਂ ਤਾਂ ਵੈਸੇ ਲੈਂਦੇ ਆ ਲੋਕ ਹਾਂਜੀ ਹਾਂ ਜਦੋਂ ਉਹ ਡੋਜ਼ ਕੰਮ ਨਹੀਂ ਕਰਦੀ ਤਾਂ ਫਿਰ ਇੰਜੈਕਸ਼ਨ ਤੇ ਇੰਜੈਕਸ਼ਨਾਂ ਤੇ ਆ ਜਾਂਦੇ ਆ ਬਿਲਕੁਲ ਬਿਲਕੁਲ
ਇਹਨਾਂ ਨੂੰ ਦੋ ਤਰੀਕੇ ਨਾਲ ਦਿੱਤੀ ਜਾ ਸਕਦੀ ਆ। ਵੈਸੇ ਜਿਹੜਾ ਇਹਦਾ ਦੇਣ ਦਾ ਟਾਈਮ ਆ ਉਹ ਰਾਤ ਦੇ ਸਮੇਂ ਪੈਣ ਲੱਗਿਆ, ਖਾਣਾ ਖੂਣਾ ਖਾਣ ਤੋਂ ਬਾਅਦ ਕੰਪਲੀਟਲੀ ਜਦੋਂ ਆਪਾਂ ਸੌਣਾ ਉਦੋਂ ਕੋਸੇ ਪਾਣੀ ਦੇ ਨਾਲ ਲੈਣੀ ਆ। ਲੇਡੀ ਜਾਂ ਤਾਂ ਉਹਨੂੰ ਹਾਫ ਕਰਕੇ ਦੇ ਦੇਣੀ ਆ ਜੇ ਜੈਂਟਸ ਆ ਉਹਨੂੰ ਫੁੱਲ ਦੇ ਦੇਣੀ ਆ। ਅੱਛਾ, ਲੇਡੀ ਦੀ ਗੱਲ ਕੀਤੀ ਹੈ ਗੱਲ ਸਾਹਿਬ, ਇਹ ਜਿਵੇਂ ਕਿ ਕਈ ਪ੍ਰੈਗਨੈਂਟ ਲੇਡੀ ਵੀ ਹੁੰਦੀ ਆ ਉਹਦੇ ਲਈ ਇਹ ਕੋਈ ਕਿੰਨੀ ਲੈ? ਬਿਲਕੁਲ ਬਿਲਕੁਲ, ਪ੍ਰੈਗਨੈਂਟ ਲੇਡੀ ਨੂੰ ਨਹੀਂ ਦੇਣੀ, ਪ੍ਰੈਗਨੈਂਟ ਔਰਤ ਨੂੰ ਨਹੀਂ ਦੇਣੀ। ਜਿਹੜੀ ਔਰਤ ਬੱਚੇ ਨੂੰ ਦੁੱਧ ਪਿਲਾ ਰਹੀ ਆ ਉਹਨੂੰ ਵੀ ਨਹੀਂ ਦੇਣੀ। ਹੁਣ ਇਹ ਵੀ ਜਿਹੜੀ ਸੁਜੀਵਨੀ ਤੇ ਚੰਦਰ ਪ੍ਰਭਾ ਵੱਟੀ ਆ, ਬਹੁਤ ਵਧੀਆ ਸਵਾਲ ਕੀਤਾ ਤੁਸੀਂ। ਇਹਨੂੰ ਵੀ ਜਿਹੜੀਆਂ ਔਰਤਾਂ, ਹੁਣ ਦੇਖੋ ਲਕੂਰੀਆ ਵਗੈਰਾ ਦੀ ਪ੍ਰੋਬਲਮ ਆਮ ਲੇਡੀਜ਼ ਨੂੰ ਜਦੋਂ ਬੇਬੀ ਹੋਣ ਤੋਂ ਬਾਅਦ ਹੁੰਦੀ ਆ, ਹੋ ਜਾਂਦੀ ਆ, ਤਾਂ ਉਹਨਾਂ ਨੂੰ ਪ੍ਰੋਬਲਮ ਹੁੰਦੀ ਆ ਤੇ ਉਹਨਾਂ ਨੇ ਇਹਦੀ ਵਰਤੋਂ ਕਰਨੀ ਆ। ਇਹ ਤਾਂ ਕੀ ਮੈਡੀਕਲ ਕੋਈ ਵੀ ਦਵਾਈ ਲੈਣੀ ਆ, ਤਾਂ ਜਿਹੜਾ ਬੇਬੀ ਦੁੱਧ ਲੈ ਰਿਹਾ ਫੀਡ ਲੈਂਦਾ ਪਿਆ ਉਹਨਾਂ ਔਰਤਾਂ ਨੇ ਨਹੀਂ ਇਹਦੀ ਵਰਤੋਂ ਕਰਨੀ, ਜਾਂ ਇਹਦੀ ਵਰਤੋਂ ਵੀ ਨਹੀਂ ਕਰ ਸਕਦੇ ਹੋ, ਨਹੀਂ ਕਰ ਸਕਦੇ, ਠੀਕ ਹੈ, ਜਾਂ ਫਿਰ ਉਸ ਸਮਿਆਂ ਦੇ ਵਿੱਚ ਬੱਚੇ ਦਾ ਜਿਹੜਾ ਦੁੱਧ ਆ ਉਹ ਬੰਦ ਕੀਤਾ ਜਾਵੇ। ਤੇ ਜਿਹੜੀ ਪ੍ਰੈਗਨੈਂਟ ਲੇਡੀ ਆ ਉਹਨੇ ਤਾਂ ਬਿਲਕੁਲ ਨਹੀਂ ਲੈਣੀ, ਇਹ ਵੀ ਨਹੀਂ ਲੈਣੀ, ਤੇ ਸ਼ੂ ਮੰਤਰ ਵਾਲੀ ਵੀ ਨਹੀਂ ਲੈਣੀ। ਤੇ ਬੱਚਾ ਕਿੰਨਾ ਕੁ ਲੈ ਸਕਦਾ ਜਿਹੜੀ ਸ਼ੂ ਮੰਤਰ ਵਾਲੀ? ਕਿ ਬੱਚੇ ਨੂੰ ਲੋੜ ਹੀ ਨਹੀਂ ਪੈਂਦੀ? ਬੱਚੇ ਨੂੰ ਤਾਂ ਤਕਰੀਬਨ ਲੋੜ ਹੀ ਨਹੀਂ ਪੈਂਦੀ, ਕਿਉਂਕਿ ਤੁਹਾਨੂੰ ਪਤਾ ਕਿ ਜਿਹੜੀਆਂ ਸਮੱਸਿਆਵਾਂ ਬੋਡੀ ਦੇ ਵਿੱਚ ਪੰਪਦੀਆਂ ਉਹ 15 ਕੁ ਸਾਲ ਤੋਂ ਬਾਅਦ ਹੀ ਹੁੰਦੀਆਂ, ਕਿਉਂਕਿ 12 ਤੋਂ ਥੱਲੇ ਵਾਲੀ ਜਿਹੜੀ ਉਮਰ ਆ ਉਹ ਮਾਂ ਬਾਪ ਦੇ ਤਰੀਕੇ ਦੇ ਨਾਲ ਬੱਚੇ ਨੂੰ ਖਾਣਾ ਦਿੱਤਾ ਜਾਂਦਾ, ਉਸ ਤੋਂ ਬਾਅਦ ਬੱਚਾ ਫਿਰ ਆਪਣੇ ਆਪ ਤੇ ਆ ਜਾਂਦਾ, ਬਾਹਰੋਂ ਖਾਣਾ ਸ਼ੁਰੂ ਕਰ ਦਿੰਦਾ, ਤੇ ਫਿਰ ਬਿਮਾਰੀਆਂ ਅੰਦਰ ਐਂਟਰ ਹੁੰਦੀਆਂ, ਉਹਨੂੰ ਲੋੜ ਬਾਅਦ ਚ ਲੱਗਦੀ ਆ, ਠੀਕ ਆ। ਹੁਣ ਆਪਾਂ ਗੱਲ ਉਸੇ ਤੇ ਹੁੰਦੇ ਆ, ਜਿਹੜੇ ਚਿੱਟੇ ਵਾਲੇ ਮਰੀਜ਼ ਆ ਜੇ ਉਹ ਡੋਜ ਦੋ ਦੋ ਟਾਈਮ ਲੈਂਦੇ ਕਈ ਬੱਚੇ ਜਾਂ ਜਿਹੜੇ ਵੀ ਲੋਕ ਕਰਦੇ ਆ, ਤਾਂ ਉਹਨਾਂ ਉਹ ਦੇਖੋ ਇਹ ਸਾਈਕਲੋਜੀ ਹੁੰਦੀਆਂ ਸਾਰੀਆਂ ਚੀਜ਼ਾਂ, ਅਗਰ ਮੈਂਟਲੀ ਤੌਰ ਤੇ ਉਹ ਛੱਡਣਾ ਚਾਹੁੰਦੇ ਆ ਮਜਬੂਰੀ ਅੱਜ ਛੱਡ ਨਹੀਂ ਸਕਦੇ, ਤਾਂ ਉਹਨਾਂ ਨੂੰ ਸਵੇਰ ਦੇ ਟਾਈਮ ਡੋਜ ਦਵਾਂਗੇ ਇੱਕ ਜੀ, ਇੱਕ ਸ਼ਾਮ ਦੇ ਟਾਈਮ ਡੋਜ ਦਵਾਂਗੇ। ਔਰ ਇਹ ਸ਼ਰਤ ਆ, ਇਹ ਗੱਲ ਮੈਂ ਕਹਿ ਰਿਹਾ ਰਿਕਾਰਡ ਗੱਲ ਕਰ ਰਹੇ ਆਪਾਂ, ਬਿਲਕੁਲ ਬਿਲਕੁਲ, ਕਿ ਜੇ ਉਹ ਬੰਦਾ 3 ਤੋਂ 6 ਮਹੀਨੇ ਉਹ ਆਪਣੀ ਸ਼ੂ ਮੰਤਰ ਵਾਲੀ ਜਿਹੜੀ ਸੰਜੀਵਨੀ ਆ ਉਹਨੂੰ ਵਰਤ ਲਵੇ, ਤਾਂ ਅਸੀਂ ਸਟਾਮ ਤੇ ਲਿਖ ਕੇ ਦੇ ਨੂੰ ਤਿਆਰ ਆ ਚਿੱਟਾ ਛੱਡ ਦੂ। ਬਿਲਕੁਲ, ਇਹ ਜਿਹੜੀ ਗੱਲ ਸਾਹਿਬ ਤੁਸੀਂ ਗੱਲ ਕਹੀ ਆ, ਇਹ ਹੁਣ ਸਾਡੇ ਪੰਜਾਬ ਦੇ ਵਿੱਚ ਕਈ ਸੈਂਟਰ ਖੁੱਲੇ ਨੇ ਜਿਹੜੇ ਨਸ਼ਾ ਛਡਾਓ ਕੇਂਦਰ ਨੇ, ਉਹ ਵੀ ਇਹ ਗੱਲ ਨਹੀਂ ਕਹਿੰਦੇ ਕਿ 6 ਮਹੀਨੇ ਸਾਡੇ ਕੋਲ ਬੱਚਾ ਛੱਡ ਦਿਓ, ਪਰ ਇਹ ਤੁਸੀਂ ਗੱਲ ਕਹੀ ਹੈ ਕਿ ਸਟਾਮ ਤੇ ਲਿਖਣ ਵਾਲੀ ਗੱਲ, ਸਟਾਫ ਦੇ ਲਿਖਣ ਵਾਲੀ ਗੱਲ ਤਾਂ ਉਹ ਵੀ ਨਹੀਂ ਕਹਿੰਦੇ, ਹਾਲਾਂਕਿ ਉਹ 6 ਮਹੀਨੇ ਬੰਦੇ ਨੂੰ ਆਪਦੇ ਕੋਲ ਰੱਖ ਕੇ ਆਪਦੇ ਹਿਸਾਬ ਨਾਲ ਟ੍ਰੀਟਮੈਂਟ ਦਿੰਦੇ ਆ, ਇਹ ਬੰਦਾ ਆਪਦੇ ਪਰਿਵਾਰ ਦੇ ਵਿੱਚ ਬਹਿ ਕੇ ਦਵਾਈ ਲਊਗਾ, ਬਿਲਕੁਲ ਬਿਲਕੁਲ, ਪਰ ਉਹਨੂੰ ਮੈਂਟਲੀ ਪ੍ਰਪੇਅਰ ਹੋਣਾ ਪਊਗਾ। ਦੇਖੋ ਦੋ ਗੱਲਾਂ ਹੁੰਦੀਆਂ, ਇੱਕ ਬੰਦਾ ਛੱਡਣਾ ਚਾਹੁੰਦਾ, ਇੱਕ ਬੰਦਾ ਛੱਡਣਾ ਨਹੀਂ ਚਾਹੁੰਦਾ। ਜਿਹੜਾ ਬੰਦਾ ਤਾਂ ਛੱਡਣਾ ਨਹੀਂ ਚਾਹੁੰਦਾ, ਫਿਰ ਉਹ ਤਾਂ ਹੱਡਾਂ ਦੇ ਨਾਲ ਹੀ ਖਤਮ ਹੋਊ। ਤੇ ਕੁਝ ਲੋਕ ਇਹੋ ਜਿਹੇ ਆ ਜਿਹੜੇ ਗਲਤ ਸੰਗਤ ਕਰਕੇ ਉਹ ਉੱਧਰ ਚਲੇ ਗਏ, ਨਸ਼ੇ ਦੀ ਦਲ ਦਲ ਦੇ ਵਿੱਚ ਫਸ ਗਏ, ਉਹ ਬਾਹਰ ਨਿਕਲਣਾ ਚਾਹੁੰਦੇ ਤੇ ਪਰਿਵਾਰ ਕੱਢਣਾ ਚਾਹੁੰਦੇ ਆ, ਉਹ ਲੋਕ ਆਪਣੇ ਪਰਿਵਾਰਾਂ ਦੇ ਵਿੱਚ ਰਹਿ ਕੇ 3 ਤੋਂ 6 ਮਹੀਨੇ ਦੇ ਵਿੱਚ ਗਰੰਟੀ ਦੇ ਨਾਲ ਨਸ਼ਾ ਛੱਡ ਸਕਦੇ, ਘਰ ਦੇ ਵਿੱਚ ਰਹਿ ਕੇ, ਘਰ ਦੇ ਵਿੱਚ ਰਹਿ ਕੇ, ਪਰਿਵਾਰ ਦੇ ਸਾਹਮਣੇ, ਪਰਿਵਾਰ ਦੇ ਸਾਹਮਣੇ, ਬਿਲਕੁਲ ਕੋਈ ਕੁੱਟਮਾਰ ਨਹੀਂ, ਕੋਈ ਕੁੱਟਮਾਰ ਵਾਲੀ ਗੱਲ ਨਹੀਂ, ਕੇਂਦਰਾਂ ਦੇ ਵਿੱਚ ਕੁੱਟਮਾਰ, ਸੈਂਟਰਾਂ ਦੇ ਵਿੱਚ ਦੇਖੋ ਮੈਡੀਕਲ ਨੂੰ ਚੈਲੰਜ ਕਰਨ ਵਾਲੀ ਗੱਲ ਆ, ਬਹੁਤ ਵੱਡੀ ਗੱਲ ਆ, ਬਹੁਤ ਵੱਡੀ ਗੱਲ ਆ। ਹਾਲਾਂਕਿ ਤੁਹਾਨੂੰ ਵੀ ਪਤਾ ਕਿ ਆਯੁਰਵੇਦਾ ਦੇ ਵਿੱਚ ਕੋਈ ਵੀ ਚੀਜ਼ ਦਿੱਤੀ ਜਾਂਦੀ ਹੈ ਉਹਨੂੰ ਥੋੜਾ ਜਿਹਾ ਸਮਾਂ ਜ਼ਰੂਰ ਲੱਗਦਾ, ਪਰਮਾਨੈਂਟ ਹੁੰਦਾ, ਪਰਮਾਨੈਂਟ ਇਲਾਜ ਹੁੰਦਾ ਨੇ। ਹਾਂਜੀ, ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਵੀ ਤੁਹਾਡੀ ਜੀਵਨ ਸ਼ੈਲੀ ਦੇ ਵਿੱਚ ਇਸ ਤਰ੍ਹਾਂ ਹੋਇਆ ਵੀ ਤੁਸੀਂ ਡਾਕਟਰ ਕੋਲੇ ਕਦੇ ਗਏ ਆ, ਡਾਕਟਰ ਨੇ ਤੁਹਾਨੂੰ ਦਵਾਈ ਦਿੱਤੀ, ਭਲਾ MBBS ਡਾਕਟਰ ਹੀ ਆ, ਉਹਨੇ ਤੁਹਾਨੂੰ ਛਾਤੀ ਦੇ ਹੱਥ ਮਾਰ ਕੇ ਆਏ ਕਿਹਾ ਹੋਵੇ ਵੀ ਕੋਈ ਨੀ ਹੁਣ ਦੁਬਾਰਾ ਆਉਣ ਦੀ ਲੋੜ ਨਹੀਂ, ਤੁਸੀਂ 100%? ਬਿਲਕੁਲ, ਡਾਕਟਰ ਸਾਹਿਬ ਇਹ ਕਹਿੰਦੇ ਨੇ ਕਿ ਤੁਸੀਂ ਆਹ ਦਵਾਈ ਲੈ ਜਾਓ ਤੇ ਅੱਜ ਤੋਂ ਹਫ਼ਤੇ ਬਾਅਦ ਤੁਸੀਂ ਫਿਰ ਮੇਰੇ ਕੋਲ ਆ ਜਾਓ, ਦੁਬਾਰਾ ਫਿਰ ਆ। ਬਿਲਕੁਲ, ਇਹ ਗੱਲ ਚੈਲੰਜ ਨਹੀਂ ਕਰਦੇ, ਨਹੀਂ ਕਰਦੇ, ਲੇਕਿਨ
ਆਯੁਰਵੇਦਾ ਡਾਕਟਰ ਤੁਹਾਨੂੰ ਕੋਈ ਵੀ ਮਿਲੂਗਾ ਉਹ ਤੁਹਾਨੂੰ ਛਾਤੀ ਤੇ ਹੱਥ ਮਾਰ ਕੇ ਕਹੂਗਾ ਤੂੰ ਤਸੱਲੀ ਨਾਲ ਖਾ ਲਾ ਤੇ ਇਹ ਤੈਨੂੰ ਸੰਜੀਵਨੀ ਠੀਕ ਕਰ ਦੂਗੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਨਾਭੀ ਆਇਲ ਦੀ ਗੱਲ ਕਰ ਬਿਲਕੁਲ ਅੱਛਾ ਨਾਭੀ ਆਇਲ ਹੁਣ ਠੀਕ ਕਰਨ ਦੀ ਗੱਲ ਆ ਗਈ ਕਿਉਂਕਿ ਇੱਕ ਇੱਕ ਸੰਜੀਵਨੀ ਦੇ ਵਿੱਚ ਹਜ਼ਾਰਾਂ ਗੁਣ ਹੈ ਹੁਣ ਉਹ ਗੱਲ ਤੁਸੀਂ ਆਪੇ ਛੇੜਤੀ ਵੀ ਇਹ ਠੀਕ ਕਿਵੇਂ ਕਰੂਗੀ ਇੱਕ ਤੁਸੀਂ ਗੱਲ ਨੋਟ ਕੀਤੀ ਹੋਣੀ ਵੀ ਜਦੋਂ ਤੁਸੀਂ ਨਾਮ ਲਿਆ ਸੀਗਾ ਆਪਣੀ ਕੰਪਨੀ ਦਾ ਜੀਨਿਕਸ 94 ਬਿਲਕੁਲ ਜੀ ਹਾਂਜੀ ਹਾਂ 94 ਰਸ਼ੀਆ ਦੀ ਇੱਕ ਗੱਲ ਹੋਈ ਆ ਜਿਹਦਾ ਮਤਲਬ ਇੱਕੋ ਹੀ ਵਾਰ ਦੇ ਵਿੱਚ 94 ਲੋਕਾਂ ਨੂੰ ਢੇਰ ਕਰ ਦਿੰਦੀ ਆ ਅੱਛਾ 94 ਕਿ ਉਹ ਚੋਂ ਨਿਕਲਦੀਆਂ ਹਾਂਜੀ ਇਸਦਾ ਨਾਮ 94 ਰੱਖਿਆ ਗਿਆ ਵੀ ਤੁਸੀਂ ਇੱਕ ਬਿਮਾਰੀ ਵਾਸਤੇ ਇਹਨੂੰ ਲੈ ਰਹੇ 100 ਤੋਂ ਵੱਧ ਇਹਨੇ ਰੋਗਾਂ ਨੂੰ ਤੁਹਾਡੇ ਨੂੰ ਠੀਕ ਕਰ ਦੇਣਾ ਤੁਹਾਨੂੰ ਖੁਦ ਨੂੰ ਨਹੀਂ ਪਤਾ ਲੱਗਣਾ ਤੁਹਾਨੂੰ ਬਿਮਾਰੀ ਕੀ ਸੀ ਅੱਛਾ ਜੀ 94 ਦਾ ਮਤਲਬ ਇਹ ਆ 94 ਦਾ ਮਤਲਬ ਇਹ ਆ ਹੁਣ ਜੀਨੈਕਸ ਦੀ ਗੱਲ ਕਰਦੇ ਹਾਂ ਜੀਨੈਕਸ ਦੀ ਫੁੱਲ ਫਾਰਮ ਜਿਹੜੀ ਹੈਗੀ ਹੈਗੀ ਫੀਨੈਕਸ ਫੀਨੈਕਸ ਨੂੰ ਨੈਟ ਤੇ ਸਰਚ ਮਾਰ ਕੇ ਦੇਖਿਓ ਗਰੜ ਹਿੰਦੂ ਵਿਸ਼ਨੂੰ ਦਾ ਉਹਨੂੰ ਰਾਤ ਮੰਨਿਆ ਜਾਂਦਾ ਆਪਾਂ ਗਰੁੜ ਕਹਿੰਦੇ ਹਾਂ ਤੇ ਗਰੜ ਇੱਕ ਮਾਇਆ ਦੀ ਪੰਛੀ ਆ ਜੇ ਤੁਸੀਂ ਇਹਦਾ ਇਤਿਹਾਸ ਪੜੋਗੇ ਇਹ 5000 ਸਾਲ ਉਮਰ ਹੁੰਦੀ ਇਹਦੀ ਗਰੜ ਦੀ ਤੇ ਜਦੋਂ ਇਹਦੀ ਇੱਛਾ ਹੋਵੇ ਵੀ ਮੈਂ ਖਤਮ ਕਰਨਾ ਆਪਣੇ ਆਪ ਨੂੰ ਫਿਰ ਇੱਕ ਆਲਣਾ ਬਣਾਉਂਦਾ ਆਲਣ ਦੇ ਵਿੱਚ ਆਪਣੇ ਆਪ ਨੂੰ ਰੱਖ ਕੇ ਅੱਗ ਲਾ ਦਿੰਦਾ ਕਿਉਂਕਿ ਮਾਇਆ ਵੀ ਆ ਔਰ ਜਦੋਂ ਖਤਮ ਹੋ ਜਾਂਦਾ ਤੇ ਰਾਖ ਹੋ ਜਾਂਦੀ ਰਾਖ ਦੇ ਵਿੱਚ ਉੱਡ ਕੇ ਉਹ ਫਿਰ ਤਿਆਰ ਹੋ ਜਾਂਦਾ ਅੱਛਾ ਓਕੇ ਇਹ ਇਹਦਾ ਇਤਿਹਾਸ ਬਹੁਤ ਵੱਡਾ ਜੀ ਫੀਨਿਕਸ ਦਾ ਫੀਨਿਕਸ ਦੇ ਵਿੱਚੋਂ ਹੀ ਇਹ ਸ਼ਬਦ ਨਿਕਲੇ ਜੀਨਿਕਸ ਜੀਨਿਕਸ 94 ਦਾ ਮਤਲਬ ਇਹ ਕਿ ਜੀਨਿਕਸ ਜਿੱਥੋਂ ਦੀ ਨਿਕਲਦੀ ਆ ਬਿਮਾਰੀਆਂ ਨੂੰ ਮਤਲਬ ਉਹ ਖੁਸ਼ਹਾਲੀ ਲੈ ਕੇ ਆਉਂਦੀ ਫੀਨਿਕਸ ਇੱਕ ਇਹੋ ਜਿਹਾ ਜਾਨਵਰ ਆ ਕਿ ਜਿੱਥੋਂ ਦੀ ਉਹ ਗੁਜ਼ਰਦਾ ਜਿੱਥੇ ਸੋਕਾ ਪਿਆ ਉਹ ਹਰਾ ਭਰਾ ਕਰ ਦਿੰਦਾ ਕਿਉਂਕਿ ਮਾਇਆ ਵੀ ਉਹ ਵਿਸ਼ਨੂੰ ਦਾ ਇੱਕ ਰਾਥ ਆ ਇਸੇ ਤਰ੍ਹਾਂ ਜੀਨਿਕਸ ਜਿੱਥੋਂ ਦੀ ਗੁਜ਼ਰੂਗੀ ਬਿਮਾਰੀਆਂ ਨੂੰ ਖਤਮ ਕਰਕੇ ਉਸ ਖੁਸ਼ਹਾਲੀ ਲੈ ਕੇ ਆਉਂਦੀ ਹੈ ਜੀਵਨ ਦੇ ਬਹੁਤ ਵੱਡੀ ਬਹੁਤ ਵੱਡਾ ਮੈਸੇਜ ਆ ਇਹਦਾ ਇਹ ਬਹੁਤ ਵੱਡਾ ਮੈਸੇਜ ਤੁਸੀਂ ਦਿੱਤਾ ਸਾਡੇ ਦਰਸ਼ਕ ਜਿਹੜੇ ਦੇਖ ਰਹੇ ਜੀਨਿਕਸ 94 ਜੀਨਿਕਸ 94 ਆਉਣ ਵਾਲੇ ਸਮੇਂ ਦੇ ਵਿੱਚ ਸਿਰਫ ਭਾਰਤ ਹੀ ਨਹੀਂ ਪੂਰੇ ਵਿਸ਼ਵ ਦੇ ਵਿੱਚ ਇਹ ਹਰ ਘਰ ਦੇ ਵਿੱਚ ਪਈ ਹੋਊਗੀ ਜੀਨਿਕਸ 94 ਦਾ ਹੀ ਸਰੋਂ ਦਾ ਤੇਲ ਵਰਤੋਂਗੇ ਤੜਕੇ ਲੱਗਣਗੇ ਬਿਲਕੁਲ ਪਿਓਰ ਔਰਗੈਨਿਕ ਵਿਦਆਊਟ ਕੈਮੀਕਲ ਲੋਕ ਲੈਣਾ ਚਾਹੁੰਦੇ ਨੇ ਲੋਕ ਲੈਣਾ ਚਾਹੁੰਦੇ ਨੇ ਕਿ ਸਾਨੂੰ ਵਧੀਆ ਕੁਆਲਿਟੀ ਦੇ ਜਿਹੜੇ ਬਿਨਾਂ ਰਿਹਾ ਸਪਰੇਵਾਂ ਤੋਂ ਸਾਨੂੰ ਇਦਾਂ ਦੇ ਪ੍ਰੋਡਕਟ ਪ੍ਰੋਵਾਈਡ ਕਰਨ ਲੋਕ ਬਿਲਕੁਲ 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 ਹਰ ਉਹ ਖਾਣ ਵਾਲੀ ਚੀਜ਼ ਤੁਹਾਡੇ ਕੋਲ ਜਿਹੜੀ ਆ ਔਰਗੈਨਿਕ ਪਹੁੰਚੂਗੀ ਬਹੁਤ ਜਲਦੀ ਵਾਹਿਗੁਰੂ ਕਿਰਪਾ ਕਰੂਗਾ ਭਾਰਤ ਤੇ ਭਾਰਤ ਤੋਂ ਬਾਹਰ ਹਰ ਉਹ ਜਗ੍ਹਾ ਤੇ ਜਿੱਥੇ ਲੋਕ ਵੱਸਦੇ ਆ ਉੱਥੇ ਅਸੀਂ ਪਹੁੰਚ ਕਰਾਂਗੇ ਯਾਰ ਸਰ ਹੁਣ ਜਾਂਦੇ ਜਾਂਦੇ ਨਾ ਇੱਕ ਕੰਮ ਹੋਰ ਕਰ ਜਾਓ ਤੁਸੀਂ ਸਾਡੇ ਜਿਹੜੇ ਪੰਜਾਬ ਦੇ ਲੋਕਾਂ ਲਈ ਇਹ ਬਹੁਤ ਵਧੀਆ ਪੰਜਾਬ ਤੋਂ ਬਾਹਰ ਦੇ ਲੋਕਾਂ ਲਈ ਵੀ ਜਿਹੜੇ ਸਾਡੀ ਵੀਡੀਓ ਦੇਖ ਰਹੇ ਹੋ ਸਾਡੇ ਸਾਰੇ ਆਪਣੇ ਨੇ ਚਾਹੇ ਉਹ ਕੈਨੇਡਾ ਦੇ ਵਿੱਚ ਬੈਠੇ ਨੇ ਚਾਹੇ ਕਿਸੇ ਵੀ ਕੰਟਰੀ 'ਚ ਚਾਹੇ ਸਟੇਟ 'ਚ ਬੈਠੇ ਨੇ ਉਹ ਆਪਣੇ ਨੇ ਜਿਹੜੇ ਇਸ ਸਾਡੇ ਚੈਨਲ ਦੇ ਨਾਲ ਜੁੜੇ ਨੇ ਉਹ ਬਿਲਕੁਲ ਇਹ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਨਗੇ ਤਾਂ ਮੈਨੂੰ ਪਤਾ ਹੀ ਹੈ ਅਤੇ ਇਹਦੇ ਵਿੱਚ ਇਹ ਵੀ ਦੱਸ ਦਿਓ ਜਿਵੇਂ ਹੁਣ ਪੰਜਾਬ ਦੇ ਵਿੱਚ ਆਪਾਂ ਗੱਲ ਕਰਦੇ ਪਏ ਇਸ ਟਾਈਮ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਜਾਂ ਪੰਜਾਬ ਦੇ ਜਿਹੜੇ ਕਈ ਐਜੂਕੇਟਡ ਸਾਡੇ ਸਟੂਡੈਂਟ ਬੱਚੇ ਨੇ ਉਹ ਬਾਹਰ ਜਾਣ ਦਾ ਮਨ ਬਣਾਈ ਬੈਠੇ ਨੇ ਕਿ ਅਸੀਂ ਬਾਹਰ ਜਾ ਕੇ ਆਪਦਾ ਕਾਰੋਬਾਰ ਕਰਨਾ ਕਿ ਪੰਜਾਬ ਦੇ ਵਿੱਚ ਉਹ ਤੁਹਾਡੇ ਨਾਲ ਜੁੜ ਕੇ ਕਾਰੋਬਾਰ ਕਰ ਸਕਦੇ ਨੇ ਬਿਲਕੁਲ ਕਰ ਸਕਦੇ ਜੀ ਵੈਸੇ ਵੀ ਤਕਰੀਬਨ ਅਸੀਂ ਅੱਜ ਦਾ ਜੋ ਆਪਣਾ ਸੈਸ਼ਨ ਸੀ ਇਹ ਸਿਰਫ ਸਿਹਤ ਨੂੰ ਲੈ ਕੇ ਸੀ ਇਸ ਲਈ ਅਸੀਂ ਬੱਚਿਆਂ ਲਈ ਕੋਈ ਗੱਲ ਨਹੀਂ ਹੋਏਗੀ ਫਿਰ ਵੀ ਤੁਸੀਂ ਲਾਸਟ ਤੇ ਗੱਲ ਇਹ ਸ਼ੁਰੂ ਕੀਤੀ ਆ ਤਾਂ ਅਸੀਂ ਇਹਨੂੰ ਇਹਦਾ ਜਵਾਬ ਜ਼ਰੂਰ ਦੇਵਾਂਗੇ ਵੀ ਤਕਰੀਬਨ ਅਸੀਂ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਜਾਣ ਤੋਂ ਰੋਕਦੇ ਹਾਂ ਕਿਉਂਕਿ ਭਾਰਤ ਦੇ ਵਿੱਚ ਕਾਰੋਬਾਰ ਦੀ ਕੰਮ ਦੀ ਕਮੀ ਨਹੀਂ ਹੈਗੀ ਬਿਲਕੁਲ ਨਹੀਂ ਹੈਗੀ ਜੀ ਤੇ ਲੋਕ 25
ਪੱਚੀ ਤੀਹ ਤੀਹ ਪੰਜਾਹ ਪੰਜਾਹ ਲੱਖ ਰੁਪਇਆ ਲਾ ਕੇ ਬੱਚਿਆਂ ਨੂੰ ਭੇਜ ਰਹੇ ਆ, ਔਰ ਉਹਨਾਂ ਬੱਚਿਆਂ ਨੂੰ ਭੇਜ ਰਹੇ ਜਿਹਨਾਂ ਨੂੰ ਅਸੀਂ ਸਕੂਲ ਟਾਈਮ ਦੇ ਵਿੱਚ ਨਾਨਕੇ ਛੱਡਣਾ ਵੀ ਪਸੰਦ ਨਹੀਂ ਕਰਦੇ। 12 ਤੋਂ 12 ਕਲਾਸਾਂ ਕਰਦੇ ਨੇ ਬੱਚੇ ਸਾਡੇ, ਉਸ ਤੋਂ ਬਾਅਦ ਆਈਲੈਸ ਕਰਦੇ ਨੇ। ਬਿਲਕੁਲ 12 5 17 19 ਸਾਲ ਦੀ ਏਜ ਹੁੰਦੀ ਹੈ, 18 19 ਸਾਲ। 19 ਸਾਲ ਦੀ ਏਜ ਦੇ ਵਿੱਚ ਅਸੀਂ ਨਾਨਕੇ ਇੱਕ ਰਾਤ ਛੱਡਣ ਵਾਸਤੇ ਬੱਚਿਆਂ ਨੂੰ ਸਹਿਮਤ ਨਹੀਂ ਹੁੰਦੇ, ਨਹੀਂ ਹੁੰਦੇ। ਅਸੀਂ ਚਾਹੇ ਮੁੰਡਾ ਚਾਹੇ ਕੁੜੀ ਅਸੀਂ ਉਹਨਾਂ ਨੂੰ ਇਕੱਲਿਆਂ ਨੂੰ ਭੇਜਦੇ ਔਰ ਨਾਲ 25 30 ਲੱਖ ਰੁਪਇਆ ਵੀ ਦਿੰਦੇ ਆ, ਔਰ ਉੱਥੇ ਤਕਰੀਬਨ 100% ਬੱਚੇ ਸਕਸੈਸ ਨਹੀਂ ਹੁੰਦੇਗੇ। ਹਾਲਤ ਕੀ ਆ ਬਾਹਰ ਦੇ, ਤੁਸੀਂ ਰੈਗੂਲਰ ਮਿੱਤਰ ਆਪਣੇ ਬੈਠੇ ਕੈਨੇਡਾ ਤੋਂ ਸਾਡੇ ਕੋਲ ਆਉਂਦੇ, ਫੈਮਿਲੀਆਂ ਆਪਣੀਆਂ ਬੈਠੀਆਂ, ਬਹੁਤ ਬੁਰੇ ਹਾਲਤ ਆ ਉੱਥੋਂ ਦੀ। ਤੇ ਅਸੀਂ ਬੱਚਿਆਂ ਨੂੰ ਵੀ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਪੜ੍ਹਨ ਤੋਂ ਬਾਅਦ ਤੁਸੀਂ ਭਾਰਤ ਦੇ ਵਿੱਚ ਹੀ ਆਪਣਾ ਬਹੁਤ ਵਧੀਆ ਕਾਰੋਬਾਰ ਕਰ ਸਕਦੇ ਆ। ਉਹ ਕਰਨ ਦੇ ਲਈ ਨੌਜਵਾਨ ਪੀੜ੍ਹੀ ਨੂੰ ਅਸੀਂ ਬਕਾਇਦਾ ਟ੍ਰੇਨਿੰਗ ਵੀ ਦਿੰਦੇ ਹਾਂ, ਤੁਸੀਂ ਭਾਰਤ ਦੇ ਵਿੱਚ ਆਪਣਾ ਕਿਹੜਾ ਕਾਰੋਬਾਰ ਕਿਵੇਂ ਚਲਾ ਸਕਦੇ ਆ। ਸੋ ਇਹਦੇ ਲਈ ਵੀ ਸੈਸ਼ਨ ਆਪਾਂ ਇੱਕ ਦਿਨ ਜ਼ਰੂਰ ਰੱਖਾਂਗੇ, ਪਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਅਗਰ ਤੁਸੀਂ 35-30 ਲੱਖ ਰੁਪਇਆ ਲਾ ਕੇ ਆਈਲੈਟਸ ਕਰਕੇ ਵਿਦੇਸ਼ ਦੇ ਵਿੱਚ ਜਾ ਕੇ ਐਡਾ ਵੱਡਾ ਰਿਸਕ ਲੈ ਰਹੇ ਹੋ ਤਾਂ ਤੁਸੀਂ ਸੰਪਰਕ ਕਰੋ, ਸਾਡੇ ਨਾਲ ਸੰਪਰਕ ਕਰ ਲਓ। ਅਸੀਂ ਤੁਹਾਡਾ 25-30 ਲੱਖ ਰੁਪਇਆ ਤਾਂ ਨਹੀਂ ਲਵਾਉਂਦੇ, ਉਹਦਾ 10ਵੇਂ ਹਿੱਸੇ ਤੇ ਆ ਜਾਓ, 3 ਲੱਖ ਰੁਪਏ ਦੇ ਵਿੱਚ ਭਾਰਤ ਦੇ ਵਿੱਚ ਕਿਤੇ ਵੀ ਕਾਰੋਬਾਰ ਖੁੱਲ੍ਹ ਕੇ ਦੇ ਦਿਆਂਗੇ, ਵਧੀਆ ਰੋਟੀ ਕਮਾਉਣਗੇ। 50,000 ਤੋਂ ਲੈ ਕੇ 1,00,000 ਰੁਪਏ ਆਰਾਮ ਨਾਲ ਕਮਾਉਂਗੇ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ। ਬਹੁਤ ਵੱਡੀ ਗੱਲ ਆ, ਸਾਡੇ ਦਰਸ਼ਕ ਸੁਣ ਰਹੇ ਨੇ, ਜੇਕਰ ਕਿਸੇ ਨੇ ਕਾਰੋਬਾਰ ਵੀ ਕਰਨਾ ਤਾਂ ਬਿਲਕੁਲ ਉਹ ਗਿੱਲ ਸਾਹਿਬ ਹੁਣਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਇਹਨਾਂ ਦਾ ਨੰਬਰ ਜਿਹੜਾ ਸਕਰੀਨ ਤੇ ਚੱਲ ਰਿਹਾ ਹੈਗਾ। ਔਰ ਜੇ ਕਿਸੇ ਨੇ ਕਿਸੇ ਵੀ ਬਿਮਾਰੀ ਦੇ ਸੰਬੰਧ ਵਿੱਚ ਗੱਲਬਾਤ ਕਰਨੀ ਆ ਜਾਂ ਟ੍ਰੀਟਮੈਂਟ ਲੈਣਾ ਤਾਂ ਉਹ ਵੀ ਇਹਨਾਂ ਦੇ ਥੱਲੇ ਨੰਬਰ ਟੀਮ ਦੇ ਚੱਲ ਰਹੇ ਨੇ, ਇਹਨਾਂ ਦੀ ਜਿਹੜੀ ਕੰਪਨੀ ਆ ਜਾਂ ਫੈਕਟਰੀ ਜਿੱਥੇ ਮੈਨੂਫੈਕਚਰਿੰਗ ਹੋ ਰਹੀ ਹੈ ਜਾਂ ਉੱਥੇ ਕੋਈ ਟੀਮ ਇਹਨਾਂ ਦਾ ਇੱਕ ਵਰਕ ਹੈਗਾ, ਉਹ ਤੁਹਾਡੇ ਨਾਲ ਜ਼ਰੂਰ ਗੱਲਬਾਤ ਕਰਨਗੇ ਔਰ ਸਮਾਂ ਲੱਗਾ ਤੇ ਤੁਹਾਨੂੰ ਉਹਦਾ ਜਵਾਬ ਵੀ ਜ਼ਰੂਰ ਦੇਣਗੇ। ਬਿਲਕੁਲ ਬਿਲਕੁਲ ਬਿਲਕੁਲ, ਕੋਸ਼ਿਸ਼ ਕਰਨੀ ਹੈ ਕਿ ਵਟਸਐਪ ਤੇ ਹੀ ਮੈਸੇਜ ਕੀਤਾ ਜਾਵੇ, ਕਿਉਂਕਿ ਕਾਲਸ ਬਹੁਤ ਜ਼ਿਆਦਾ ਆਉਣ ਕਰਕੇ ਕਈ ਵਾਰੀ ਕਾਲ ਰਿਸੀਵ ਨਹੀਂ ਹੁੰਦੀ। ਬਿਲਕੁਲ ਜੀ, ਤਾਂ ਵਟਸਐਪ ਤੇ ਮੈਸੇਜ ਕੀਤਾ ਜਾਵੇ, ਆਪਣਾ ਐਡਰੈਸ ਵਗੈਰਾ ਦਿੱਤਾ ਜਾਵੇ, ਸਾਡੀ ਟੀਮ ਤੁਹਾਡੇ ਨਾਲ ਖੁਦ ਸੰਪਰਕ ਕਰੂਗੀ ਔਰ ਪੂਰੇ ਭਾਰਤ ਦੇ ਵਿੱਚ ਹੀ ਨਹੀਂ ਵਿਸ਼ਵ ਦੇ ਵਿੱਚ ਜਿੱਥੇ ਵੀ ਬੈਠੇ ਆ ਉੱਥੇ ਆਪਣੀ ਮੈਡੀਸਨ ਪਹੁੰਚੂਗੀ, ਕਿਉਂਕਿ ਬਾਹਰਲੇ ਦੇਸ਼ਾਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੱਕ ਪਹੁੰਚਦੀ ਹੈ। ਬਿਲਕੁਲ, ਕੋਰੀਅਰ, ਫਿਰ ਕੋਰੀਅਰ ਆਈ ਤੁਸੀਂ ਕਰਦੇ ਹੋ ਕੋਰੀਅਰ, ਹਾਂ ਕੋਰੀਅਰ ਦਾ ਖਰਚਾ ਜ਼ਰੂਰ ਪਊਗਾ ਜਿਹੜੇ ਬੰਦੇ ਨੇ ਮੰਗਵਾਉਣੀ ਆ, ਅਸੀਂ ਤਾਂ ਸਿਰਫ ਆਪਣੀ ਇੱਧਰਲੀ ਕੀਮਤ ਜੋ ਹੈਗੀ ਭਾਰਤ ਦੀ ਲੈਣੀ, ਉਹ ਲੈਣੀ ਆ ਤੇ ਪਹੁੰਚਦੀ ਕਰਾਂਗੇ, ਕਿਉਂਕਿ ਪੰਜਾਬ ਦੇ ਵਿੱਚ ਹਜੇ ਕੋਈ ਸਟੋਰ ਨਹੀਂ ਹੈਗਾ। ਤੇ ਨਾਲੇ ਇਹ ਵੀ ਗੱਲ ਆ ਕਿ ਜੇ ਕੋਈ ਪੰਜਾਬ ਦੇ ਵਿੱਚ ਹੁਣ ਜਿਵੇਂ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਆਪਣੇ ਸਟੋਰ ਖੋਲੇ ਹੋਏ ਆ, ਲੋਕ ਸਟੋਰ ਤੋਂ ਲੈ ਕੇ ਜਾ ਰਹੇ ਆ, ਬਿਲਕੁਲ ਜੀ, ਜਿਵੇਂ ਪਤੰਜਲੀ ਦੇ ਸਟੋਰ ਬਣੇ ਹੋਏ ਆ, ਪੰਜਾਬ ਦੇ ਵਿੱਚ ਜੇ ਕੋਈ ਆਪਣਾ ਸਟੋਰ ਖੋਲਣ ਦਾ ਚਾਹਵਾਨ ਹੋਊਗਾ ਉਹ ਵੀ ਆਪਣੇ ਨਾਲ ਸੰਪਰਕ ਕਰ ਸਕਦਾ। ਬਿਲਕੁਲ, ਮੈਂ ਉਹੀ ਪੁੱਛ ਰਿਹਾ ਸੀ, ਇਹੀ ਗੱਲ ਮੈਂ ਤੁਹਾਡੇ ਤੋਂ ਲੈਣੀ ਚਾਹੁੰਦਾ ਸੀ ਕਿ ਪੰਜਾਬ ਦੇ ਵਿੱਚ ਜੇ ਕਿਸੇ ਨੇ ਇਹਦੇ ਸੰਬੰਧ ਵਿੱਚ ਇਹਦੇ ਨਾਲ ਹੀ ਸੰਬੰਧ ਜਿਹੜਾ ਕਾਰੋਬਾਰ ਜਾਂ ਸਟੋਰ ਖੋਲਣਾ ਚਾਹੁੰਦਾ, ਕਿਉਂਕਿ ਹਰੇਕ ਕੰਪਨੀ ਦਾ ਕੋਈ ਸਟੋਰ ਹੁੰਦਾ, ਜਿਵੇਂ ਆਮ ਮੈਡੀਕਲ ਤੋਂ ਤਾਂ ਮਿਲਣੀ ਨਹੀਂ ਹੈਗੀ। ਬਿਲਕੁਲ, ਆਮ ਜਗ੍ਹਾ ਤੋਂ ਕਿਤੋਂ ਵੀ ਨਹੀਂ ਮਿਲਣੀਗੀ, ਸਟੋਰ ਵਾਲਾ ਬੰਦਾ ਚੰਗੀ ਇਨਕਮ ਕਮਾ ਸਕਦਾ ਔਰ 1,00,000 ਰੁਪਏ ਤੋਂ ਲੈ ਕੇ ਉਹ 2-2.5-3 ਲੱਖ ਰੁਪਏ ਤੱਕ ਉਹਦੀ ਸ਼ੁਰੂਆਤੀ ਦੌਰ ਦੇ ਵਿੱਚ, ਕਿਉਂਕਿ ਜਿਵੇਂ ਤੁਹਾਡੇ ਨਾਲ ਗੱਲ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਬਹੁਤ ਸਾਰੀਆਂ ਇਹੋ ਜਿਹੀਆਂ ਵੀ ਪ੍ਰੋਡਕਟ ਆ ਰਹੇ ਆ, ਜਿਵੇਂ ਕਿਹਾ ਸੀਗਾ ਵੀ ਸਾਬਣ ਆ ਰਿਹਾ ਨੌਰਮਲ, ਹਾਂਜੀ, ਔਰ ਆਇਲ ਆ ਜਿਹੜੇ ਆਪਣੇ ਆ ਵੀ ਗਏ ਆ, ਵਰਤਣ ਵਾਲੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਆਉਣ ਵਾਲੇ ਸਮੇਂ ਦੇ ਵਿੱਚ 2,00,000 ਤੋਂ ਲੈ ਕੇ 5,00,000 ਰੁਪਇਆ ਉਹਦੀ ਇਨਕਮ ਹੋ ਸਕਦੀ, ਕਮਾਈ ਕਰ ਸਕਦਾ ਬੈਠ ਕੇ। ਬਿਲਕੁਲ, ਜੇ ਕਿਸੇ ਨੇ ਆਪਣੇ ਸ਼ਹਿਰ ਦੇ ਵਿੱਚ ਨੇੜਲੇ ਸ਼ਹਿਰ ਦੇ ਵਿੱਚ ਜਾਣ ਸਟੋਰ ਖੋਲਣਾ ਤਾਂ ਉਹ ਵੀ ਸੰਪਰਕ ਕਰ ਸਕਦੇ ਹੈ। ਬਿਲਕੁਲ ਗੱਲ ਸਾਹਿਬ, ਤੁਹਾਡਾ ਧੰਨਵਾਦ ਆ ਤੇ ਤੁਸੀਂ ਹੋਰ ਦਰਸ਼ਕਾਂ ਨਾਲ ਗੱਲਬਾਤ ਸਾਂਝੀ ਕਰਦੇ ਹੋ, ਨੰਬਰ ਤਾਂ ਸਕਰੀਨ ਤੇ ਚੱਲ ਹੀ ਰਿਹਾ, ਫਿਰ ਵੀ ਬੋਲ ਦਿੰਦੇ ਆਪਾਂ, 9191303600।
ਜੀ ਤੇ ਸੰਪਰਕ ਕਰ ਸਕਦੇ ਆ 9963131000 ਤੇ ਤੁਸੀਂ ਸੰਪਰਕ ਕਰ ਸਕਦੇ ਆ। ਕੋਸ਼ਿਸ਼ ਕਰਿਓ ਵਟਸਐਪ ਤੇ ਮੈਸੇਜ ਕਰਿਓ ਜਿਹੜੀ ਜਗ੍ਹਾ ਤੋਂ ਆ ਤੁਸੀਂ ਡਿਟੇਲ ਲਿਖ ਕੇ ਭੇਜੋ, ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰੂਗੀ ਔਰ ਜਿਸ ਤਰ੍ਹਾਂ ਦੀ ਵੀ ਤੁਹਾਡੀ ਰਿਕੁਆਇਰਮੈਂਟ ਹੋਈ ਅਸੀਂ ਤੁਹਾਡੀ ਸੇਵਾ ਦੇ ਵਿੱਚ 24 ਘੰਟੇ ਹਾਜ਼ਰ ਹਾਂ। ਜੀ ਥੈਂਕ ਯੂ, ਬਹੁਤ ਧੰਨਵਾਦ ਤੁਹਾਡਾ ਗੱਲ ਸਾਹਿਬ, ਤੁਸੀਂ ਅੱਜ ਤੁਹਾਡਾ ਵੀ ਬਹੁਤ ਧੰਨਵਾਦ ਜੀ, ਬਹੁਤ ਕੁਝ ਦੱਸਿਆ ਸਾਡੇ ਤੇ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ ਔਰ ਬਹੁਤ ਜਲਦ ਆਪਾਂ ਦੁਬਾਰਾ ਫਿਰ ਬਿਲਕੁਲ ਜੀ ਜਿੱਦਾਂ ਤੁਸੀਂ ਅੱਜ ਚੱਲਦੇ ਆਪਣੀ ਬੇਸ਼ੱਕ ਆਪਾਂ ਹੈਲਥ ਦੇ ਅਕਾਰਡਿੰਗ ਗੱਲ ਕਰ ਰਹੇ ਸੀਗੇ, ਬੱਚਿਆਂ ਬਾਰੇ ਗੱਲ ਕੀਤੀ, ਨਵੀਂ ਪੀੜ੍ਹੀ ਬਾਰੇ ਗੱਲ ਕੀਤੀ, ਆਪਾਂ ਸਪੈਸ਼ਲ ਉਹਦੇ ਰਾਹੀਂ ਸੈਸ਼ਨ ਲਵਾਂਗੇ ਜੀ, ਉਹਦੇ ਵਿੱਚ ਫਿਰ ਅੱਧੇ ਘੰਟਾ ਘੰਟਾ ਲਾ ਕੇ ਆਪਾਂ ਪ੍ਰੋਪਰ ਦੱਸਾਂਗੇ ਵੀ ਕੰਮ ਨੂੰ ਇੱਥੇ ਰਹਿ ਕੇ ਕਿਵੇਂ ਕਰ ਸਕਦੇ ਥੈਂਕ ਯੂ ਸਰ। ਬਿਲਕੁਲ, ਜਿਸ ਤਰ੍ਹਾਂ ਗੱਲ ਸਾਹਿਬ ਨੇ ਕਾਫੀ ਸਮਾਂ ਦਿੱਤਾ ਹੈਗਾ ਆਪਣਾ, ਉਹਦੇ ਵਿੱਚ ਦੱਸਿਆ ਕਿ ਇਹ ਜਿਹੜੇ ਪ੍ਰੋਡਕਟ ਨੇ ਇਹ ਇਹਨਾਂ ਵੱਲੋਂ ਤਿਆਰ ਕੀਤੇ ਜਾਂਦੇ ਨੇ, ਆਯੁਰਵੇਦਿਕ ਤਰੀਕੇ ਦੇ ਨਾਲ ਜੜੀ ਬੂਟੀਆਂ ਦੇ ਨਾਲ ਤਿਆਰ ਕੀਤਾ ਹੈਗਾ, ਆਪਣਾ ਬ੍ਰਾਂਡ ਹੈਗਾ ਇਹਨਾਂ ਦਾ, ਕਾਨਪੁਰ ਦੇ ਵਿੱਚ ਜਿਹੜਾ ਬਿਜ਼ਨਸ ਇਹਨਾਂ ਨੇ ਉੱਥੇ ਜਿਹੜਾ ਸਟਾਰਟ ਕੀਤਾ, ਮੈਨੂਫੈਕਚਰਿੰਗ ਜਿਹੜੀ ਉੱਥੇ ਹੋ ਰਹੀ ਆ, ਕਾਫੀ ਸਟੇਟਾਂ ਦੇ ਵਿੱਚ ਇਹਨਾਂ ਦਾ ਜਿਹੜਾ ਕਾਰੋਬਾਰ ਚੱਲ ਰਿਹਾ ਹੈਗਾ, ਪੰਜਾਬ ਦੇ ਵਿੱਚ ਸ਼ੁਰੂਆਤ ਕਰਨ ਜਾ ਰਹੇ, ਸ਼ੁਰੂਆਤ ਦੇ ਵਿੱਚ ਇਹਨਾਂ ਨੂੰ ਤਾਂ ਲੋੜ ਹੈਗੀ ਹੈਗੀ ਤੁਹਾਡੀ ਔਰ ਆਪਾਂ ਨੂੰ ਇਹਨਾਂ ਦੀ ਬਹੁਤ ਵੱਡੀ ਜ਼ਰੂਰਤ ਹੈਗੀ, ਕਿਉਂਕਿ ਆਯੁਰਵੇਦਿਕ ਤਰੀਕੇ ਦੇ ਨਾਲ ਹਰੇਕ ਬਿਮਾਰੀ ਦਾ ਹੱਲ ਹੈਗਾ ਔਰ ਅੰਗਰੇਜ਼ੀ ਦਵਾਈ ਦੀ ਜੇ ਗੱਲ ਕਰੀਏ ਤਾਂ ਅੰਗਰੇਜ਼ੀ ਇੱਕ ਬਿਮਾਰੀ ਨੂੰ ਰੋਕ ਸਕਦੀ ਹੈ, ਉਹਨੂੰ ਖਤਮ ਨਹੀਂ ਕਰ ਸਕਦੀ। ਸੋ ਇਹ ਜਿਹੜੀ ਇਹਨਾਂ ਦੀ ਜਿਹੜੀ ਆਯੁਰਵੇਦਿਕ ਢੰਗ ਦੇ ਨਾਲ ਜਿਹੜਾ ਕਿਸੇ ਵੀ ਬਿਮਾਰੀ 'ਤੇ ਕੰਮ ਕਰਨਾ, ਉਹ ਮਤਲਬ ਜੜੋਂ ਖਤਮ ਕਰਨ ਵਾਲੀ ਜਿਹੜੀ ਹੈਗੀ ਹੈ ਇਹ ਪ੍ਰੋਡਕਟ ਤਿਆਰ ਕੀਤੇ ਨੇ। ਸੋ ਮੈਂ ਇੱਕ ਦਰਸ਼ਕਾਂ ਨੂੰ ਬੇਨਤੀ ਵੀ ਕਰਨਾ ਚਾਹੁੰਦਾ ਕਿ ਜਿੰਨੇ ਵੀ ਦਰਸ਼ਕ ਸਾਡੇ ਦੇ ਨਾਲ ਜੁੜੇ ਨੇ ਚੈਨਲ ਦੇ ਨਾਲ, ਉਹ ਜ਼ਰੂਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਗੇ, ਕਿਉਂਕਿ ਸ਼ੇਅਰ ਤੁਹਾਡੇ ਇੱਕ ਸ਼ੇਅਰ ਦੇ ਨਾਲ ਪਤਾ ਨਹੀਂ ਕਿਹੜੇ ਬੰਦੇ ਨੇ ਕਿਹੜੀ ਦਵਾਈ ਲੈ ਕੇ ਠੀਕ ਹੋ ਜਾਣਾ। ਸੋ ਉਹਦੀਆਂ ਜਿਹੜੀਆਂ ਅਸੀਸਾਂ ਹੋਣਗੀਆਂ, ਜਿਹੜੀਆਂ ਅੰਦਰੋਂ ਅਸੀਸ ਨਿਕਲਦੀ ਆ, ਉਹ ਪਰਮਾਤਮਾ ਹਮੇਸ਼ਾ ਹੀ ਪੂਰੀ ਕਰਦੇ ਨੇ। ਸੋ ਉਹ ਅਸੀਸਾਂ ਤੁਹਾਨੂੰ ਮਿਲਣੀਆਂ ਨੇ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਜਿਨ੍ਹਾਂ ਨੌਜਵਾਨਾਂ ਨੇ ਕਾਰੋਬਾਰ ਚਲਾਉਣੇ ਨੇ, ਜਿਨ੍ਹਾਂ ਨੇ ਇਹ ਇਸ ਪ੍ਰੋਡਕਟ ਜਾਂ ਇਸ ਫਰਮ ਦੇ ਨਾਲ ਜੁੜਨਾ ਜਾਂ ਇਸ ਹੈ ਨਾ ਆਯੁਰਵੇਦਿਕ ਢੰਗ ਦੇ ਨਾਲ ਜਿਹੜੀਆਂ ਇਹ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ, ਇਹਨਾਂ ਦੇ ਨਾਲ ਜੁੜਨਾ, ਸਟੋਰ ਆਪਣਾ ਖੋਲ੍ਹਣਾ ਹੈਗਾ, ਆਪਣਾ ਕਾਰੋਬਾਰ ਚਲਾਉਣਾ, ਥੋੜ੍ਹੇ ਜਿਹੇ ਪੈਸੇ ਇਨਵੈਸਟ ਕਰਕੇ ਤੁਸੀਂ ਆਪਣਾ ਕਾਰੋਬਾਰ ਵੀ ਆਪਣੇ ਸ਼ਹਿਰ ਦੇ ਵਿੱਚ ਰਹਿ ਕੇ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਚਲਾ ਸਕਦੇ ਹੋ। ਸੋ ਜ਼ਰੂਰ ਤੁਹਾਨੂੰ ਦਿੱਤੇ ਹੋਏ ਨੰਬਰਾਂ 'ਤੇ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ, ਸੰਪਰਕ ਕਰ ਸਕਦੇ ਹੋ। ਸੋ ਇਸੇ ਤਰ੍ਹਾਂ ਹੀ ਅਗਲੀ ਮੁਲਾਕਾਤ ਜਲਦੀ ਹੀ ਅਸੀਂ ਗਿੱਲ ਸਾਹਿਬ ਹੁਣਾਂ ਦੇ ਨਾਲ ਕਰਾਂਗੇ, ਤਾਂ ਫਿਰ ਮਿਲਾਂਗੇ ਅਗਲੀ ਮੁਲਾਕਾਤ ਦੇ ਨਾਲ। ਸੋ ਤਦ ਤੱਕ ਲਈ ਸਾਨੂੰ ਦਿਓ ਹੁਣ ਆਗਿਆ, ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ।